ਸਭ ਦੀਆਂ ਜੋ ਹਨ ਚਹੇਤੀਆਂ ਸਭ ਦੀਆਂ ਜਿੰਨਾ ਦੀ ਸੋਹਣੀ ਕਿਰਤ ਤੇ ਕਰੀਏ ਫਕਰ ਜਿੰਨਾ ਦੀ ਸੋਹਣੀ ਕਿਰਤ ਤੇ ਕਰੀਏ ਫਕਰ ਜਸਵੰਤ ਸਿੰਘ ਕੰਵਲ ਦਾ ਜਨਮ 27 ਜੂਨ 1919 ਨੂੰ ਅੱਜ ਦੇ ਮੋਗਾ ਜ਼ਿਲ੍ਹੇ ਦੇ ਇਤਿਹਾਸਿਕ ਪਿੰਡ ਢੁੱਡੀਕੇ ਵਿਖੇ ਪਿਤਾ ਸਰਦਾਰ ਮਾਲਾ ਸਿੰਘ ਅਤੇ ਮਾਤਾ ਸ਼੍ਰੀਮਤੀ ਹਰਨਾਮ ਕੌਰ ਦੇ ਘਰ ਹੋਇਆ। ਜਸਵੰਤ ਸਿੰਘ ਕੰਵਲ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਹੀ ਸਕੂਲ ਤੋਂ ਸ਼ੁਰੂ ਕੀਤੀ ਤਾਂ ਅਲਜਵਰੇ ਦੇ ਡਰ ਤੋਂ ਵਿਦੇਸ਼ ਭੱਜ ਗਿਆ, ਜਿੱਥੇ ਉਸਨੇ ਕਰੜੀ ਮਿਹਨਤ ਵੀ ਕੀਤੀ। ਸਰਦਾਰ ਜਸਵੰਤ ਸਿੰਘ ਜੀ ਕੰਵਲ ਪੰਜਾਬੀ ਸਾਹਿਤ ਵਿੱਚ ਇੱਕ ਮਾਣਯੋਗ ਅਤੇ ਸਨਮਾਨਯੋਗ ਨਾਮ। ਦੋਸਤੋ, ਅੱਜ ਅਸੀਂ ਉਹਨਾਂ ਦੇ ਘਰ ਢੁੱਡੀਕੇ ਵਿਖੇ ਆਏ ਹੋਏ ਹਾਂ ਅਤੇ ਆਓ ਉਹਨਾਂ ਨਾਲ ਉਹਨਾਂ ਦੇ ਜੀਵਨ ਬਾਰੇ, ਉਹਨਾਂ ਦੀ ਰਚਨਾ ਬਾਰੇ ਔਰ ਲਗਭਗ ਇੱਕ ਸਦੀ ਦਾ ਸਮਾਂ ਜੋ ਉਹਨਾਂ ਨੇ ਬਿਤਾਇਆ ਹੈ ਉਸ ਬਾਰੇ ਚਰਚਾ ਕਰੀਏ। ਕੰਵਲ ਜੀ, ਜੀ ਅਸੀਂ ਤੁਹਾਡੇ ਬਚਪਨ ਤੋਂ ਲੈ ਕੇ ਅਤੇ ਤੁਹਾਡੀ ਲਿਖਣ ਪ੍ਰਕਿਰਿਆ ਬਾਰੇ ਜਾਣਨਾ ਚਾਹਾਂਗੇ, ਸੋ ਸਾਨੂੰ ਆਪਣੇ ਬਚਪਨ ਬਾਰੇ ਦੱਸੋ ਜੀ। ਬਚਪਨ ਮੇਰਾ ਇੱਕ ਆਮ ਘਰਾਂ ਦੇ ਪਿੰਡਾਂ ਦੇ ਹਿਸਾਬ ਨਾਲ ਉਹੀ ਜਿਹਾ ਹੀ ਸੀ ਜੀ। ਮੈਂ 10ਵੀਂ 'ਚੋਂ ਭੱਜ ਗਿਆ ਸਾਂ, ਮਲਾਇਆ ਚਲਾ ਗਿਆ ਸਾਂ। ਠੀਕ ਜੀ। ਮੈਨੂੰ ਅਲਜਬਰਾ ਨਹੀਂ ਸੀ ਆਉਂਦਾ। ਅੱਛਾ ਜੀ। ਉੱਥੇ ਮੈਂ ਜਾਗਾ ਕੀਤਾ ਜੀ। ਮੈਂ 2-2.5 ਸਾਲ ਰਿਹਾ ਜੀ। ਉਹਨਾਂ 2-2.5 ਸਾਲਾਂ 'ਚ ਮੈਂ ਗੁਰਦੁਆਰੇ ਵੀ ਜਾਂਦਾ ਰਿਹਾ ਜੀ। ਗੁਰਦੁਆਰੇ ਗੁਰੂ ਨਾਨਕ ਦਾ ਜਨਮ ਦਿਨ ਆਇਆ ਤਾਂ ਉੱਥੇ ਕਿਸੇ ਨੇ ਕਵਿਤਾ ਪੜ੍ਹੀ ਜੀ। ਕਵਿਤਾ ਉਹ ਬਹੁਤ ਅੱਛੀ ਸੀ, ਪਰ ਉਹਨੂੰ ਪੜ੍ਹਨ ਵਾਲੇ ਨੇ ਉਹਦੀ ਜੜ ਮਾਰਤੀ। ਅੱਛਾ ਜੀ। ਮੈਨੂੰ ਹੀ ਪੜ੍ਹਨ ਦਾ ਸ਼ੌਕ ਸੀ ਜੀ, ਅਤੇ ਮੈਂ ਇਹ ਸੋਚਾਂ ਕਿ ਮੇਰੇ ਕੋਲ ਹੁੰਦੀ ਇਹ ਕਵਿਤਾ ਤਾਂ ਮੈਂ ਬਹੁਤ ਚੰਗੇ ਢੰਗ ਨਾਲ ਜਸਵੰਤ ਸਿੰਘ ਕੰਵਲ ਨੂੰ ਬਚਪਨ ਵਿੱਚ ਹੀ ਹੀਰ ਪੜ੍ਹਨ ਦਾ ਭੁੱਸ ਸੀ ਅਤੇ ਵਿਦੇਸ਼ੀ ਧਰਤੀ 'ਤੇ ਬਣੇ ਗੁਰਦੁਆਰਾ ਸਾਹਿਬ ਵਿੱਚ ਪੜ੍ਹਨ ਲਈ ਕੁਝ ਬੰਦ ਝਰੀਟ ਲਏ। ਜਦ ਇਹ ਬੰਦ ਪੜ੍ਹੇ ਤਾਂ ਲੋਕਾਂ ਨੇ ਪਸੰਦ ਕੀਤੇ ਅਤੇ ਉਸਨੂੰ ਲਿਖਣ ਦੀ ਜਾਗ ਲੱਗ ਗਈ। ਫਿਰ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਨ 'ਤੇ ਮੈਂ ਗੁਰਦੁਆਰੇ 4 ਬੰਦ ਲਿਖੇ ਜੀ ਬੈਂਤ ਜੀ। ਮੈਨੂੰ ਉਦੋਂ ਮਾਤਰਾ ਵਗੈਰਾ ਦਾ ਕੋਈ ਬੋਧ ਨਹੀਂ ਸੀ। ਠੀਕ। ਮੇਰਾ ਬੋਲ ਚੰਗਾ ਸੀ, ਮੇਰਾ ਠਾਠ ਬਣ ਗਿਆ। ਹਾਂਜੀ। ਉੱਥੇ ਭਾਈ ਕੇ ਫਫੜਿਆਂ ਦਾ ਇੱਕ ਬੰਦੇ ਨੇ ਮੇਰੇ ਕੋਲ ਉਹ ਕਵਿਤਾ ਪੜ੍ਹੀ, ਵੇਖ ਕਿਹਾ ਤਾਂ ਤੂੰ ਮਾਤਰਾ ਕਿਹੜੀਆਂ ਹੈ। ਮੈਂ ਕਿਹਾ ਮੈਂ ਮਾਤਰਾ ਮੈਨੂੰ ਕੋਈ ਪਤਾ ਨਹੀਂ ਜੀ, ਮੈਂ ਤਾਂ ਹੀਰ ਪੜ੍ਹਦਾ ਹੁੰਦਾ ਸੀ, ਉਹਦੇ ਵਜ਼ਨ ਮੁਤਾਬਕ ਮੈਂ ਇਹ ਲਿਖੀ ਹਾਂ। ਉਹਨੇ ਆਪਣੇ ਕੋਲੋਂ ਮੈਨੂੰ ਪਿੰਗਲ ਦਿੱਤਾ। ਅੱਛਾ। ਮੈਂ ਟੱਕਰਾਂ ਮਾਰਦਾ ਰਿਹਾ, ਮੇਰਾ ਕੰਮ ਨਹੀਂ ਬਣਿਆ ਜੀ, ਤੂੰ ਆ ਲੈ ਜਾ, ਇਹਦੇ ਮੁਤਾਬਕ ਲਿਖਿਆ ਕਰ ਜੀ। ਮੈਂ ਉਹਦੇ ਮੁਤਾਬਕ 1-2 ਕਵਿਤਾਵਾਂ ਹੋਰ ਲਿਖ ਕੇ ਉਹਨੂੰ ਵਿਖਾਈਆਂ, ਆਹਦਾ ਇਹ ਠੀਕ ਹੈ ਜੀ।
ਭਾਵੇਂ ਆਪਣੀ ਜਨਮ ਭੋਏ ਨੂੰ ਉਹ ਕਿਸੇ ਮਜਬੂਰੀ ਵਸ ਛੱਡ ਵਿਦੇਸ਼ ਤੁਰ ਗਿਆ ਸੀ, ਪਰ ਆਪਣੀ ਮਿੱਟੀ ਦਾ ਮੋਹ ਉਸਦੇ ਰੋਮ ਰੋਮ ਵਿੱਚ ਵਸਿਆ ਹੋਇਆ ਸੀ। ਇਹੀ ਕਾਰਨ ਸੀ ਕਿ ਇੱਕ ਚਾਈਨੀਜ਼ ਕੁੜੀ ਦੇ ਉਸਨੂੰ ਦਿੱਤੇ ਵਿਆਹ ਦੇ ਨਿਉਂਦੇ ਨੂੰ ਵੀ ਨਕਾਰ ਕੇ ਉਹ ਵਾਪਸ ਪਰਤ ਆਇਆ, ਕਿਉਂਕਿ ਉਹ ਕੁੜੀ ਆਪਣੀ ਮਾਂ ਨੂੰ ਨਹੀਂ ਛੱਡ ਸਕਦੀ ਸੀ ਤੇ ਜਸਵੰਤ ਸਿੰਘ ਕੰਵਲ ਆਪਣੀ ਮਿੱਟੀ ਨੂੰ। ਮੇਰਾ ਉੱਥੇ ਇੱਕ ਚਾਈਨੀਜ਼ ਕੁੜੀ ਦਾ ਰਿਲੇਸ਼ਨ ਬਣ ਗਏ ਸੀ ਜੀ, ਉਹਦੀ ਮਾਂ ਵੀ ਰਾਜੀ ਜੀ, ਤੇ ਮੈਂ ਕਿਹਾ ਵੀ ਚੱਲ ਮੇਰੇ ਨਾਲ ਪਿੰਡ ਚੱਲਦੇ ਆ, ਵਿਆਹ ਕਰਾ ਕੇ ਆ ਜਾ ਕੇ ਜੀ। ਉਹਦੇ ਨਹੀਂ, ਮੈਂ ਮਾਂ ਨੂੰ ਛੱਡ ਕੇ ਨਹੀਂ ਜਾਣਾ, ਤੂੰ ਇੱਥੇ ਜੋ ਮਰਜ਼ੀ ਕਰਾ ਲਾ, ਵਿਆਹ ਕਰਾ ਲਾ, ਜੋ ਕਰ ਜੋ ਚਾਹੇ। ਮੈਂ ਕਿਹਾ ਨਹੀਂ, ਮੇਰਾ ਜਾਣਾ ਜ਼ਰੂਰੀ ਹੈ ਜੀ। ਉਹ ਮੈਨੂੰ ਕਰਦਿਆਂ ਤੰਗ ਕੀਤਾ, ਮੈਨੂੰ ਜਾਣਾ ਪਿਆ, ਮੈਂ ਮੁੜ ਕੇ ਫਿਰ ਕਈ ਸਾਲ ਦਾ ਜਾ ਸਕਿਆ ਉਹ ਗੱਲ। ਪਰ $15 ਮੈਨੂੰ ਮਹੀਨੇ ਦੀ ਤਨਖਾਹ ਮਿਲਦੀ ਸੀ, ਰਾਤ ਦਾ ਜਾਗਾ ਹੁੰਦਾ ਸੀ ਮੇਰਾ ਜੀ, ਅਤੇ ਉਹ 22-23 ਰੁਪਈਏ ਬਣਦੇ ਸੀ ਉਦੋਂ, 2 ਰੁਪਈਏ 'ਚੋਂ ਮਲਾਇਆ ਦਾ ਡਾਲਾ ਚੱਲਦਾ ਸੀ ਜੀ। ਇਹ ਸਨ 35-36-37 ਦੀ ਜੀ, ਉਦੋਂ ਭਾਈ ਇਹੋ ਜਿਹੇ ਸੀ ਜੀ। ਫਿਰ ਮੈਂ ਉਹ ਲਗਨ ਲੱਗੀ ਜਿਹੜੀ ਮੇਰੀ, ਉਹ ਰਾਹਟੀ ਅਸੀਂ ਇੱਥੇ ਭਰਾ ਅੱਡ ਹੋ ਗਏ, 2 ਛੋਟੇ ਸੀ ਮੈਂ ਅਤੇ ਉਹ ਅੱਡ ਹੋ ਗਏ, ਵੱਡਾ ਜਿਹੜਾ ਸੀ ਉਹ ਆਪ ਅੱਡ ਹੋ ਗਏ, ਉਹਨੇ ਇੱਕ ਇਲੈਕਸ਼ਨ ਲੜੀ, ਸਿਰ ਕਰਜ਼ਾ ਚੜ੍ਹਾ ਲਿਆ। ਜਸਵੰਤ ਸਿੰਘ ਕੰਵਲ ਨੂੰ ਪੜ੍ਹਨ ਦਾ ਸ਼ੌਕ ਵੱਧਦਾ ਗਿਆ, ਉਹ 12 ਆਨੇ ਮੋਗੇ ਤੋਂ ਕਿਰਾਇਆ ਲਗਾ ਕੇ ਕਿਤਾਬਾਂ ਖਰੀਦਣ ਲਾਹੌਰ ਜਾਂਦਾ ਅਤੇ 10 ਰੁਪਏ ਦੀਆਂ 10 ਕਿਤਾਬਾਂ ਖਰੀਦ ਕੇ ਘਰ ਪਰਤਦਾ। ਲਾਹੌਰੋਂ ਮੈਂ ਕਿਤਾਬਾਂ ਲਿਆਉਂਦੀਆਂ ਜੀ, ਅਤੇ ਕਿਤਾਬਾਂ ਉਦੋਂ ਸਸਤੀਆਂ ਸੀ, ਹਾਂਜੀ 10 ਰੁਪਏ ਦੀਆਂ ਕਿਤਾਬਾਂ 10 ਤੋਂ ਵੀ ਜ਼ਿਆਦਾ ਆ ਜਾਣਗੀਆਂ ਜੀ। ਉਹ ਮੈਂ ਪੜ੍ਹਦਾ ਰਿਹਾ ਪੜ੍ਹਦਾ ਰਿਹਾ, ਅਤੇ ਫਿਰ ਮੈਨੂੰ ਖਿਆਲ ਆਉਣ ਲੱਗ ਗਏ, ਵਾਸਤਵਿਕ ਤੌਰ 'ਤੇ ਮੈਂ ਉਹ ਲਿਖੇ ਜੀ। ਜਸਵੰਤ ਸਿੰਘ ਕੰਵਲ ਦੀ ਪਹਿਲੀ ਕਿਤਾਬ ਪਬਲਿਸ਼ਰ ਨੇ ਪ੍ਰਸਿੱਧ ਲੇਖਕ ਸੁਜਾਨ ਸਿੰਘ ਦੀ ਸਲਾਹ ਤੋਂ ਬਾਅਦ ਹੀ ਛਾਪੀ, ਜਿਸ ਨੂੰ ਬਹੁਤ ਚੰਗਾ ਹੁੰਗਾਰਾ ਮਿਲਿਆ। ਇਹ ਖਿਆਲ ਮੈਂ ਅੰਮ੍ਰਿਤਸਰ ਕਿਸੇ ਪਬਲਿਸ਼ਰ ਨੂੰ ਦਿਖਾਏ, ਹਾਂਜੀ ਉਹਨੇ ਵੇਖ ਕੇ ਕਿਹਾ ਮੈਨੂੰ ਚੰਗੇ ਲੱਗੇ ਆ, ਹਾਂਜੀ ਪਰ ਛਾਪਾਂਗਾ ਮੈਂ ਠਹਿਰ ਕੇ ਕਿਸੇ ਦੀ ਸਲਾਹ ਨਾਲ। ਅੱਛਾ, ਉਹਨੇ ਸੁਜਾਨ ਸਿੰਘ ਦੀ ਸਲਾਹ ਲਈ ਜੀ, ਉਹ ਕਹਿੰਦਾ ਯਾਰ ਇਹ ਤਾਂ ਪੜ੍ਹਨਾ, ਇਹ ਤਾਂ ਛਾਪਣ ਵਾਲੇ ਆ। ਅੱਛਾ, ਉਹ ਪਹਿਲੀ ਕਿਤਾਬ ਮੇਰੀ ਉਹ ਖਿਆਲਾਂ ਦੀ ਵਿਚਾਰਾਂ ਦੀ ਉਸ ਤਰ੍ਹਾਂ ਛਾਪ ਗਈ ਜੀ। ਕਿਸੇ ਸੂਝਵਾਨ ਆਦਮੀ ਨੇ ਕੰਵਲ ਦੇ ਅੰਦਰਲੇ ਨਾਵਲਕਾਰ ਨੂੰ ਹਲੂਣਿਆ, ਉਸਨੂੰ ਨਾਵਲ ਲਿਖਣ ਲਈ ਕਿਹਾ ਤੇ ਉਤਸ਼ਾਹ ਵਜੋਂ ਉਸਨੇ ਉਦਾਹਰਣ ਦਿੱਤੀ ਕਿ ਜਿਸਨੇ ਦੁਨੀਆ ਦਾ ਪਹਿਲਾ ਨਾਵਲ ਲਿਖਿਆ ਸੀ ਉਹ ਵੀ ਤੇਰੇ ਵਰਗਾ ਹੀ ਸੀ, ਤੂੰ ਹੌਸਲਾ ਕਰ ਤੇ ਨਾਵਲ ਲਿਖ। ਇਸੇ ਦੌਰਾਨ ਇੱਕ ਸੱਚੀ ਘਟਨਾ ਵਿਚਲੇ ਕਤਲ ਨੇ ਕੰਵਲ ਨੂੰ ਝੁਝੋਰ ਸੁੱਟਿਆ ਤੇ ਉਸੇ ਘਟਨਾ ਨੂੰ ਆਧਾਰ ਬਣਾ ਕੇ ਜਸਵੰਤ ਸਿੰਘ ਕੰਵਲ ਨੇ ਆਪਣਾ ਪਹਿਲਾ ਨਾਵਲ ਸੱਚ ਨੂੰ ਫਾਂਸੀ ਲਿਖਿਆ। ਤੇ ਮੈਂ ਬੜਾ ਖੁਸ਼ ਹੋਇਆ, ਉਹ ਮੇਰੀ ਬਾਂਹ ਫੜ ਕੇ ਉਹਨੇ ਮੈਨੂੰ ਗੱਡੀ 'ਚ ਬਾ ਲਿਆ, ਉਹ ਆਖਦਾ ਤੂੰ ਨਾਵਲ ਕਿਉਂ ਨਹੀਂ ਲਿਖਦਾ ਜੀ। ਮੈਂ ਕਿਹਾ ਉਹ ਨਾਵਲ ਤਾਂ ਬਹੁਤ ਵੱਡੀ ਚੀਜ਼ ਆ, ਮੈਂ ਕਿਵੇਂ ਲਿਖ ਸਕਦਾ ਜੀ। ਉਹ ਸਿਆਣਾ ਬੰਦਾ ਸੀ ਜੀ, ਉਹ ਕਹਿੰਦਾ ਵੀ ਜਿਹਨੇ ਦੁਨੀਆ ਦਾ ਸਭ ਤੋਂ ਪਹਿਲਾਂ ਨਾਵਲ ਲਿਖਿਆ ਸੀ ਉਹ ਵੀ ਤੇਰੇ ਵਰਗਾ ਹੀ ਸੀ ਜੀ, ਉਹਨੇ ਲਿਖਿਆ ਤੇ ਗੱਲ ਬਣ ਗਈ ਆਦਾ, ਤੂੰ ਲਿਖ ਸਕਦਾ, ਤੇਰੀ ਵਾਰਤਕ ਦੱਸਦੀ ਹੈ। ਮੈਂ ਕਿਹਾ ਨਾ ਬਾਬਾ ਮੈਂ ਨਹੀਂ ਲਿਖ ਸਕਦਾ। ਮੈਂ ਉੱਥੋਂ ਅੰਮ੍ਰਿਤਸਰੋਂ ਲਾਹੌਰ ਆ ਗਿਆ, ਲਾਹੌਰੋਂ ਮਿੰਟ ਕੁਮਰੀ ਚਲਾ ਗਿਆ ਜੀ। ਮੇਰੇ ਮਾਮੇ ਦੇ ਮੁਰੱਬੇ ਸੀ ਉੱਥੇ, ਮੈਂ
ਠੀਕ ਹੈ। ਉੱਥੇ ਇੱਕ ਕਤਲ ਹੋ ਗਿਆ। ਅੱਛਾ ਜੀ। ਸਰਦਾਰ ਦਾ ਜੀ, ਸਰਦਾਰ ਦੇ ਮੁੰਡੇ ਨੇ ਘੁਮਾਰਾਂ ਦੀ ਜਵਾਨ ਕੁੜੀ ਫੜ ਲਈ ਅਤੇ ਉਹਦੇ ਭਰਾ ਦੋ ਸੀ, ਉਹਨਾਂ ਨੇ ਕਿਹਾ ਵੀ ਅਸੀਂ ਇਹ ਮਾਰਨਾ। ਇੱਕ ਜੱਟ ਨਾਲ ਰਲ ਕੇ ਉਹਨਾਂ ਨੇ ਸਲਾਹ ਕੀਤੀ, ਉਹ ਕਹਿੰਦਾ ਤੁਸੀਂ ਉਹ ਸੈਸ਼ਨ ਜੱਜ ਦੇ ਸੇਸਰ ਹੈ, ਤੁਹਾਨੂੰ ਫਾਈਲ ਲਵਾ ਲਓ ਜੀ। ਉਹਦੇ ਅਸੀਂ ਤਾਂ ਮਰ ਗਏ, ਉਹ ਸਾਡੀ ਭੈਣ ਦੀ ਬੇਇੱਜ਼ਤੀ ਹੋਈ ਹੈ, ਅਸੀਂ ਚਾਹੇ ਮਰਜ਼ੀ ਚਾਹੇ ਨਹੀਂ ਅਸੀਂ ਤਾਂ ਉਹਨੂੰ ਮਾਰਨਾ ਜੀ। ਉਹ ਤਾਂ ਪਹਿਲਾਂ ਉਹਦੇ ਪਿਓ ਨੂੰ ਮਾਰੋ ਜਿਹੜਾ ਸੇਸਰ ਹੈ ਸੈਸ਼ਨ ਜੱਜ ਦੇ। ਉਹ ਉਹਨਾਂ ਨੇ ਮਿਥ ਕੇ ਵੱਡੀ ਨਹਿਰ ਪੰਜਾਬ ਦੀ ਉੱਥੋਂ ਦੀ ਨਾਲ ਦੀ ਲੰਘਦੀ ਸੀ, ਉਹਦਾ ਪੁਲ ਰੋਕ ਕੇ ਦੋਵਾਂ ਪਾਸਿਆਂ ਤੋਂ ਉਹ ਸਾਈਕਲ 'ਤੇ ਜਾਂਦਾ ਹੁੰਦਾ ਸੀ ਮਿੰਟ ਗੁੰਗੜੀ, ਪੰਜ ਛੇ ਸੱਤ ਕੁ ਮੀਲ ਸੀ ਉੱਥੋਂ ਮਿੰਟ ਗੁੰਗੜੀ। ਉਹ ਰਾਹ 'ਚ ਉਹਨਾਂ ਨੇ ਉਹਦਾ ਸਿਰ ਵੱਟ ਕੇ ਨਹਿਰ 'ਚ ਸਿਰਤਾ ਅਤੇ ਆਪ ਭੱਜ ਗਏ। ਮੈਂ ਉਦੋਂ ਉੱਥੇ ਸੀ। ਅੱਛਾ। ਮੈਂ ਉਸ ਲਾਸ਼ 'ਤੇ ਵੀ ਖੜ੍ਹਾ ਰਿਹਾ, ਦੇਖਿਆ ਪਿਛਲੀ ਬੈਕਗਰਾਊਂਡ ਵੀ ਜਾਣੀ। ਉਹਦੇ ਵਿੱਚ ਇੱਕ ਨਾਹਕ ਮੁੰਡਾ ਫਸਾਤਾ, ਉਹ ਮੇਰੇ ਨਾਲ ਉੱਥੇ ਵਾਲੀਬਾਲ ਖੇਡਦਾ ਹੁੰਦਾ ਸੀ। ਅੱਛਾ। ਬਿਲਕੁਲ ਬੁੱਢੀ ਦਾ ਇਕੱਲਾ ਮੁੰਡਾ। ਠੀਕ। ਉਹਨੇ ਉਹਦੇ ਉਹਨੂੰ ਸਮਝਾਇਆ, ਜਿਹੜੀ ਕੁੜੀ ਫੜ ਲਈ ਸੀ ਸਰਦਾਰ ਦੇ ਮੁੰਡੇ ਨੇ, ਬਦਮਾਸ਼ ਨੇ, ਉਹਦਾ ਤੇਰਾ ਬਾਪ ਕਿੱਡੀ ਇੱਜ਼ਤ ਵਾਲਾ ਬੰਦਾ, ਤੂੰ ਕਿਹੋ ਜਿਹੇ ਕੰਮ ਕਰਦਾ। ਉਹਦੇ ਨਾਲ ਲੜ ਪਿਆ, ਉਹ ਉਹਨਾਂ ਦਿਨਾਂ 'ਚ ਉਹ ਕਤਲ ਹੋ ਗਿਆ। ਉਹ ਮੁੰਡਾ ਵੀ ਚੱਕ ਕੇ ਉਹਨੇ ਕਾਤਲਾਂ 'ਚ ਸ਼ਾਮਿਲ ਕਰ ਲਿਆ ਅਤੇ ਉਹ ਮੁੰਡੇ ਨੂੰ ਫਾਹ ਆ ਗਿਆ। ਉਹਦੇ 'ਤੇ ਫਿਰ ਮੈਂ ਉਹ ਮੇਰੇ ਸਾਹਮਣੇ ਸਭ ਕੁਛ ਵਾਪਰਿਆ ਸੀ। ਮੈਂ ਉਹਦੇ ਉਦੋਂ ਫਿਰ ਉਹਦੇ 'ਤੇ ਨਾਵਲ ਸੱਚ ਨੂੰ ਫਾਂਸੀ ਲਿਖਿਆ, ਪਹਿਲਾ ਨਾਵਲ। ਥੋੜ੍ਹੇ ਦਿਨ ਹੀ ਹੋਏ ਹੈ ਜਸਵੰਤ ਸਿੰਘ ਕੰਵਲ ਦਾ 95ਵਾਂ ਜਨਮ ਦਿਨ ਅਸੀਂ ਮਨਾ ਕੇ ਆਏ ਹਾਂ। ਉਹ 96 ਸਾਲ ਦੇ ਵਿੱਚ ਦਾਖਲ ਹੋ ਗਏ ਹੈ। ਉਹਨਾਂ ਦੀ ਸਿਹਤ ਵੇਖ ਕੇ ਅਤੇ ਉਹਨਾਂ ਦੀ ਸਮਝਦਾਰੀ ਦੇਖ ਕੇ ਔਰ ਉਹਨਾਂ ਦੀ ਸੋਚ ਵੇਖ ਕੇ ਹੈਰਾਨੀ ਹੁੰਦੀ ਹੈ ਵੀ ਇੰਨੀ ਉਮਰ ਤੱਕ ਜਿਹੜੇ ਉਹ ਕਿਸ ਤਰ੍ਹਾਂ ਚੁਸਤ ਅਤੇ ਐਨ ਫਸਟ ਕਲਾਸ ਸਿਹਤ ਉਹਨਾਂ ਨੇ ਆਪਣੀ ਬਣਾਈ ਹੋਈ ਹੈ। ਸਾਡੇ ਲਈ ਇੱਕ ਸੋਚਣ ਵਾਲੀ ਵੀ ਗੱਲ ਹੈ, ਪ੍ਰੇਰਨਾ ਦੀ ਵੀ ਗੱਲ ਹੈਗੀ ਹੈ। ਮੈਂ ਹਮੇਸ਼ਾ ਜਸਵੰਤ ਸਿੰਘ ਕੰਵਲ ਨੂੰ ਬਹੁਤ ਹੀ ਸਤਿਕਾਰ ਨਾਲ ਦੇਖਦਾ ਅਤੇ ਜਦੋਂ ਵੀ ਉਹ ਕਿਤੇ ਮਿਲਦੇ ਨੇ ਉਹ ਮੈਨੂੰ ਛੋਟੇ ਭਰਾ ਵਾਂਗ ਸਤਿਕਾਰ ਕਰਦੇ ਨੇ। ਜਦੋਂ ਮੈਂ ਕਲਕੱਤੇ ਸੀ ਉਦੋਂ ਮੈਂ ਕਹਾਣੀਆਂ ਦੀ ਕੋਈ ਕਿਤਾਬ ਉਹਨਾਂ ਨੂੰ ਜੇ ਭੇਜੀ ਹੈ ਅਤੇ ਉਹਨਾਂ ਨੇ ਖਾਤਰਾ ਹੀ ਉਹਦੇ ਬਾਰੇ ਦੱਸਿਆ ਵੀ ਮੈਂ ਇਹਦੇ 'ਚ ਕੀ ਨੁਕਸ ਨੇ, ਇਹਦੇ 'ਚ ਕੀ ਹੋਣਾ ਹੋਰ ਚਾਹੀਦਾ ਸੀ, ਜੇ ਮੈਂ ਨਾਵਲ ਲਿਖਿਆ ਉਹਦੇ ਬਾਰੇ ਵੀ ਉਹਨਾਂ ਨੇ ਸਾਰੀਆਂ ਉਹਦੀਆਂ ਦੇ ਚਿੱਠੀਆਂ ਮੈਂ ਆਪਣੇ ਇੱਕ ਮੈਡਲਾਂ ਵਾਂਗੂ ਸਾਂਭੀਆਂ ਹੋਈਆਂ ਨੇ। ਉਹ ਹਮੇਸ਼ਾ ਮੈਨੂੰ ਸੇਧ ਦਿੰਦੇ ਰਹੇ ਹੈ। ਕਲਰੀ ਧਰਤੀ ਬਾਰੇ ਉਹਨਾਂ ਨੇ ਕਿਹਾ ਵੀ ਤੂੰ ਪੰਜਾਬ ਦੀ ਗੱਲ ਚੰਗੀ ਕੀਤੀ ਹੈ, ਜੇ ਇਹਦੇ 'ਚ ਇਸ ਤਰ੍ਹਾਂ ਹੁੰਦਾ ਹੈ ਹੋਰ ਵੀ ਵਧੀਆ ਹੋਣੀ ਸੀ, ਜਾਂ ਕਹਾਣੀਆਂ ਬਾਰੇ ਉਹ ਮੈਨੂੰ ਗੱਲ ਕਰਦੇ ਰਹਿੰਦੇ ਨੇ। ਤਾਂ ਇੱਕ ਤਰ੍ਹਾਂ ਲਗਾਤਾਰ ਉਹ ਆਪਾਂ ਤੋਂ ਜਿਹੜੇ ਛੋਟੇ ਜਿਹੜੇ ਲੇਖਕ ਉਹਨਾਂ ਦੇ ਆ ਰਹੇ ਨੇ ਉਹਨਾਂ ਨੂੰ ਉਹ ਇੱਕ ਪ੍ਰੇਰਨਾ ਦਾ ਸੋਮਾ ਨੇ ਔਰ ਉਹਨਾਂ ਨੂੰ ਉਤਸ਼ਾਹਿਤ ਕਰਦੇ ਰਹਿੰਦੇ ਨੇ ਵੀ ਚੰਗਾ ਸਾਹਿਤ ਜਿਹੜਾ ਕੀ ਹੈ, ਲੋਕਾਂ ਦੀ ਗੱਲ ਕਿਵੇਂ ਕਰਨੀ ਹੈ। ਇਹ ਉਹਨਾਂ 'ਚ ਬਹੁਤ ਵੱਡੀ ਖੂਬੀ ਹੈ। ਨਹੀਂ ਤਾਂ ਬਹੁਤ ਸਾਡੇ ਲੇਖਕ ਅਜਿਹੇ ਨੇ ਉਹ ਦੂਸਰੇ ਆਪ ਤੋਂ ਛੋਟੇ ਲੇਖਕਾਂ ਨਾਲ ਬਹੁਤ ਉਸ ਤਰ੍ਹਾਂ ਨੇੜੇ ਦਾ ਰਾਬਤਾ ਨਹੀਂ ਬਣਾਉਂਦੇ ਜਿਵੇਂ ਕੰਵਲ ਸਾਹਿਬ ਬਾਕੀ ਆਪਣੇ ਤੋਂ ਛੋਟੇ ਲੇਖਕਾਂ ਨਾਲ ਬਣਾਉਂਦੇ ਨੇ। ਮੈਂ ਸ਼ੁਰੂ ਤੋਂ ਹੀ ਪੂਰਨਮਾਸ਼ੀ ਨਾਵਲ ਸੀ ਜਦੋਂ ਉਦੋਂ ਦਾ ਉਹਨਾਂ ਦਾ ਪ੍ਰਸ਼ੰਸਕ ਹੈ। ਮੈਂ ਉਦੋਂ 10ਵੇਂ ਜਮਾਤ ਸੀ ਜਦੋਂ ਉਹਨਾਂ ਦਾ ਨਾਵਲ ਪਹਿਲਾ ਪੂਰਨਮਾਸ਼ੀ ਪੜ੍ਹਿਆ ਮੈਂ ਅਤੇ ਔਰ ਮੇਰੇ ਮਨ ਦੇ ਵਿੱਚ ਹੋ ਸਕਦਾ ਵੀ ਕਿਤੇ ਨਾ ਕਿਤੇ ਉਸ ਤਰ੍ਹਾਂ ਦੇ ਬੀਜ ਬੀਜੇ ਗਏ ਹੋਣ ਵੀ ਛੋਟੀ ਉਮਰ 'ਚ ਹੀ ਪੂਰਨਮਾਸ਼ੀ ਵਰਗਾ ਨਾਵਲ ਪੜ੍ਹ ਕੇ ਜਿਹੜੀ ਹੈ ਸਾਹਿਤ ਵੱਲ ਆਉਣ ਦੀ ਲਗਨ ਲੱਗੀ ਹੋਵੇ। ਇਹਦੇ 'ਚ ਮੈਂ ਬਿਲਕੁਲ ਹੀ ਇਨਕਾਰ ਨਹੀਂ ਕਰਦਾ ਵੀ ਇਹ ਨਾਵਲ ਮੇਰੇ ਪ੍ਰੇਰਨਾ ਦਾ ਸਰੋਤ ਬਣੇ ਹੋਣਗੇ ਲਾਜ਼ਮੀ। ਤਾਂ ਉਸ ਤੋਂ ਬਾਅਦ ਉਹਨਾਂ ਦੇ ਹੋਰ ਨਾਵਲ ਜਿਵੇਂ ਜਿਵੇਂ ਲੋਕ ਲਹਿਰਾਂ ਬਦਲਦੀਆਂ ਗਈਆਂ, ਨਾਵ ਜਸਵੰਤ ਸਿੰਘ ਕੰਵਲ ਦੀ ਜਿਹੜੀ ਆਪਣੀ ਵਿਚਾਰਧਾਰਾ ਵੀ ਹੈ ਜਿਹੜੀ ਲੋਕ ਪੱਕੀ ਹੁੰਦੀ ਗਈ। ਰਾਤ ਬਾਕੀ ਹੈ, ਉਸ ਤੋਂ ਬਾਅਦ ਲਹੂ ਦੀ ਲੋਕ ਬਹੁਤ ਜ਼ਿਆਦਾ ਚਰਚਾ 'ਚ ਹੋਈ ਔਰ ਇੰਨੀ ਜ਼ਿਆਦਾ ਮੇਰਾ ਖਿਆਲ ਵਿਕੀ ਹੈ ਪੰਜਾਬੀ ਦੇ ਵਿੱਚ ਹੋਰ ਕੋਈ ਨਾਵਲ ਲਹੂ ਦੀ ਲੋ ਵਾਂਗ ਨਹੀਂ ਵਿਕਿਆ, ਜਿਸ ਲੋਕ ਲੁਕੋ ਲੁਕੋ ਕੇ ਔਰ ਇੱਥੋਂ ਤੱਕ ਕਿ ਉਹ ਬਲੈਕ ਵੀ ਉਹ ਕਾਪੀਆਂ ਜਿਹੜੀਆਂ ਉਹ ਵਿਕਦੀਆਂ ਰਹੀਆਂ ਨੇ ਔਰ ਹੁਣ ਉਹ ਲਗਾਤਾਰ ਜਿਹੜਾ ਲਿਖਦੇ ਰਹੇ ਨੇ। ਲਗਭਗ ਉਹ ਮੇਰਾ ਖਿਆਲ ਹੈ 70 ਜਾਂ 75-80 ਕਿਤਾਬਾਂ ਜਿਹੜੀਆਂ ਉਹਨਾਂ ਦੀਆਂ
ਹੁਣ ਤੱਕ ਹੋ ਚੁੱਕੀਆਂ ਨੇ ਔਰ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਪ੍ਰਾਪਤੀ ਹੈ। ਇੱਕ ਜੇ ਇਹ ਕਿਹਾ ਜਾਵੇ ਵੀ ਇੱਕ ਵੱਡਾ ਵਿਦਵਾਨ ਜਾਂ ਵੱਡੀ ਸਿੱਖਿਆ ਪ੍ਰਾਪਤ ਕਰਕੇ ਕੋਈ ਵੱਡਾ ਲੇਖਕ ਬਣ ਸਕਦਾ ਹੈ, ਉਹ ਦੇਖੋ ਤੁਸੀਂ। ਮੈਂ ਸਮਝਦਾ ਵੀ ਕਮਲ ਦੀ ਆਪਣੀ ਜਿਹੜੀ ਹੈ ਸਕੂਲੀ ਵਿੱਦਿਆ ਜਿਹੜੀ ਹੈ ਉਹ ਦਸਵੀਂ ਤੱਕ ਹੈਗੀ ਹੈ, ਅਤੇ ਔਰ ਪਰ ਜਿਹੜੀ ਉਹ ਉਸਨੇ ਜਿਹੜੀ ਪੜ੍ਹਿਆ ਨਾਲੋਂ ਜਿਹੜਾ ਗੁੜਿਆ ਜ਼ਿਆਦਾ ਸੀਗਾ, ਜਾਂ ਜਿੱਥੇ ਜਿੱਥੇ ਉਹ ਚੀਨ 'ਚ ਗਏ, ਉੱਧਰ ਗਏ, ਆਪਣੇ ਸ਼ੰਘਾਈ ਵੱਲ ਗਏ, ਔਰ ਉੱਥੋਂ ਦੇ ਸਾਰੇ ਜਿਹੜੇ ਅਨੁਭਵ ਜਿਹੜੇ ਲੈ ਕੇ ਆਏ ਵਾਪਸ ਆ ਕੇ ਪੰਜਾਬ 'ਚ, ਔਰ ਕਿਸ ਤਰ੍ਹਾਂ ਨਾਵਲ ਉਹਨਾਂ ਨੇ ਲਿਖੇ ਨੇ, ਔਰ ਹੁਣ ਪਿੱਛੇ ਜੇ ਉਹਨਾਂ ਦਾ ਲਗਾਤਾਰ ਜਿਹੜਾ ਪੰਜਾਬ ਦੇ ਲੋਕਾਂ ਨੂੰ ਔਰ ਇੱਥੋਂ ਤੱਕ ਕਿ ਪੰਜਾਬ ਦੇ ਨੇਤਾਵਾਂ ਨੂੰ ਵੀ ਉਹ ਇੱਕ ਤਰ੍ਹਾਂ ਦਾ ਸਾਵਧਾਨ ਕਰਦੇ ਨੇ ਵੀ ਦੇਖੋ ਤੁਸੀਂ ਕੀ ਕਰ ਰਹੇ ਹੈ। ਉਹ ਕਹਿੰਦੇ ਨੇ ਮੈਨੂੰ ਪੰਜਾਬ ਦਾ ਦਰਦ ਹੈ, ਮੈਨੂੰ ਪੰਜਾਬ ਦੇ ਲੋਕਾਂ ਦਾ ਦਰਦ ਹੈ, ਮੈਨੂੰ ਪੰਜਾਬ ਦੀ ਮਿੱਟੀ ਦਾ ਦਰਦ ਹੈ, ਪੰਜਾਬ ਰੋਲ ਰਿਹਾ। ਔਰ ਇਹ ਇਹ ਕਿਸੇ ਕਿਸੇ ਲੇਖਕ ਦੀ ਚਿੰਤਾ ਜਿਹੜੀ ਹੁੰਦੀ ਆ, ਹਰ ਲੇਖਕ ਕੋਈ ਇਸ ਤਰ੍ਹਾਂ ਦੀ ਚਿੰਤਾ ਨਹੀਂ ਕਰਦਾ, ਹਰ ਲੇਖਕ ਆਪਣੇ ਨਿੱਜ ਦੀ ਚਿੰਤਾ ਕਰਦਾ ਹੈ, ਲੇਕਿਨ ਕਮਲ ਨੂੰ ਜਿਹੜੀ ਹੈ ਆਪਣੇ ਇਸ ਧਰਤੀ ਆਪਣੇ ਪੰਜਾਬ ਦੀ ਮਿੱਟੀ ਦੀ ਪੰਜਾਬ ਦੇ ਲੋਕਾਂ ਦੀ ਚਿੰਤਾ ਹੈ। ਔਰ ਇਸ ਤਰ੍ਹਾਂ ਦੀ ਸਿਹਤ ਹੋਣ ਦੇ ਬਾਵਜੂਦ ਵੀ ਔਰ ਜਿਹੜਾ ਹੈ ਉਹ ਚੜ੍ਹਦੀ ਕਲਾ 'ਚ ਨੇ ਇੰਨੀ ਉਮਰ ਦੇ ਬਾਵਜੂਦ ਵੀ, ਔਰ ਮੇਰੀ ਦੁਆ ਹੈ ਵੀ ਉਹ ਚੜ੍ਹਦੀ ਕਲਾ 'ਚ ਰਹਿਣ ਔਰ ਪੰਜਾਬੀ ਨੂੰ ਔਰ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਕੋਲੋਂ ਬਹੁਤ ਵੱਡੀਆਂ ਆਸਾਂ ਨੇ, ਔਰ ਹਮੇਸ਼ਾ ਉਹ ਨਿਡਰ ਹੋ ਕੇ ਨੇਤਾਵਾਂ ਨੂੰ ਵੀ ਸਲਾਹਾਂ ਦਿੰਦੇ ਰਹਿੰਦੇ ਨੇ, ਖੁੱਲ੍ਹੀਆਂ ਚਿੱਠੀਆਂ ਲਿਖਦੇ ਨੇ, ਕਦੇ ਮੁੱਖ ਮੰਤਰੀ ਦੇ ਨਾਂ, ਕਦੇ ਪ੍ਰਧਾਨ ਮੰਤਰੀ ਦੇ ਨਾਂ, ਕਦੇ ਪੰਜਾਬ ਦੇ ਲੋਕਾਂ ਦੇ ਨਾਂ। ਤਾਂ ਇਸ ਤਰ੍ਹਾਂ ਲੋਕਾਂ ਦੇ ਨਾਲ ਜੁੜੇ ਲੇਖਕ ਨੇ, ਖਾਸ ਕਰਕੇ ਜਸਵੰਤ ਸਿੰਘ ਕਮਲ ਹੋਰੀ, ਉਹਨਾਂ ਦੀ ਪੰਜਾਬ ਦੇ ਲੋਕਾਂ ਨੂੰ ਬਹੁਤ ਲੋੜ ਹੈ, ਔਰ ਮੈਂ ਚਾਹੁੰਦਾ ਕਿ ਉਹ ਲੰਮਾ ਸਮਾਂ ਹੋਰ ਜੀਵਨ। ਸੱਚ ਨੂੰ ਫਾਂਸੀ ਨਾਵਲ ਮਕਬੂਲ ਹੋਇਆ ਤਾਂ ਕਮਲ ਨੇ ਅਗਲਾ ਨਾਵਲ ਵੀ ਲਿਖ ਦਿੱਤਾ। ਇਸ ਸਮੇਂ ਤੱਕ ਉਸਨੂੰ ਸ਼੍ਰੋਮਣੀ ਕਮੇਟੀ ਵਿੱਚ ਕਲਰਕ ਕਾਡਰ ਦੀ ਨੌਕਰੀ ਮਿਲ ਚੁੱਕੀ ਸੀ, ਪਰ ਇਹ ਨੌਕਰੀ ਬਹੁਤਾ ਚਿਰ ਨਾ ਰਹੀ ਤੇ ਲੇਖਕ ਮਨ ਇਸ ਨੂੰ ਅਲਵਿਦਾ ਆਖ ਆਇਆ। ਨਾਵਲ ਨਾਲ ਸ਼੍ਰੋਮਣੀ ਕਮੇਟੀ 'ਚ ਨੌਕਰੀ ਮਿਲ ਗਈ 90 ਰੁਪਏ ਦੀ। ਅੱਛਾ ਜੀ, ਕਲਰਕ ਗ੍ਰੇਡ ਦੀ ਜੀ। ਉੱਥੋਂ ਵਧਦਾ ਵਧਦਾ ਮੈਂ ਫਿਰ ਉਹ ਇੱਕ ਸਾਲ ਬਾਅਦ ਉਹ ਕੋਰਸ ਲੱਗ ਗਈ ਕਿਤਾਬ, ਮੈਂ ਬੜਾ ਹੈਰਾਨ। ਅੱਛਾ ਜੀ, ਵੀ ਮੈਨੂੰ ਤਾਂ ਨਾਵਲ ਲਿਖਣਾ ਨਹੀਂ ਸੀ ਆਉਂਦਾ, ਉਹਦੇ 'ਚ ਤਰੁੱਟੀਆਂ ਵੀ ਸੀ ਪਰ ਉਹਦੇ 'ਚ ਦਿਲਚਸਪ ਇੱਕ ਕਹਾਣੀ ਜ਼ਰੂਰ ਸੀ। ਬਿਲਕੁਲ, ਇਸ ਕਰਕੇ ਉਹ ਸਿਰੇ ਚੜ੍ਹ ਗਈ। ਅਤੇ ਉੱਥੇ ਮੈਂ ਫਿਰ ਸ਼੍ਰੋਮਣੀ ਕਮੇਟੀ 'ਚ ਇੱਕ ਨਾਵਲ ਹੋਰ ਲਿਖਿਆ ਅਤੇ ਮੇਰੇ ਪੈਰ ਲੱਗ ਗਏ ਉੱਥੇ ਜੀ, ਹੋਰ ਦੋਸਤ ਮਿੱਤਰ ਲੇਖਕ ਪੜ੍ਹਨ ਵਾਲੇ ਲੱਗ ਗਏ। ਜਸਵੰਤ ਸਿੰਘ ਕਮਲ ਨੇ ਵੰਡ ਦਾ ਸੰਤਾਪ ਹੰਢਾਇਆ ਹੈ। ਭਾਰਤ ਅਤੇ ਪਾਕਿਸਤਾਨ ਦੀ ਵੰਡ ਨੇ ਕਮਲ ਦੇ ਮਨ ਨੂੰ ਬਹੁਤ ਔਖ ਦਿੱਤੀ, ਹੋਣੀ ਨੂੰ ਤਾਂ ਉਹ ਟਾਲ ਨਾ ਸਕਿਆ, ਪਰ ਆਪਣੇ ਪਿੰਡ ਵਸਦੇ ਜਿਗਰੀ ਯਾਰਾਂ ਨੂੰ ਉਹ ਭਰੇ ਮਨ ਨਾਲ ਬੜੀ ਹਿਫਾਜ਼ਤ ਨਾਲ ਬਚਾ ਕੇ ਟਿਕਾਣੇ ਛੱਡ ਆਇਆ। ਮੂਹਰੇ ਫਿਰ ਫਸਾਦ ਆ ਗਏ 47 ਸੁਭਾਸ਼ ਬੋਸ ਨੇ ਸਿੰਗਾਪੁਰ ਤੋਂ 5 ਜਾਸੂਸ ਉਤਾਰੇ ਸੀ ਬੰਗਾਲ ਦੀ ਖਾੜੀ 'ਚ ਜੀ। 3 ਤਾਂ ਉੱਤੋਂ ਹਵਾਈ ਜਹਾਜ਼ ਤੋਂ ਡਿੱਗਦੇ ਮਰ ਗਏ, 2 ਬਚੇ। ਇੱਕ ਉਹਨਾਂ 'ਚ ਸਿੱਖ ਮੁੰਡਾ ਸੀ ਜੀ, ਉਹ ਸਾਡੇ ਪਿੰਡਾਂ ਦਾ ਸੀ ਦਿਲਾ, ਉਹ ਅੰਮ੍ਰਿਤਸਰ ਮੈਨੂੰ ਜੇਲ੍ਹ ਕੱਟ ਕੇ ਮਿਲਿਆ। ਅੱਛਾ, ਫੜੇ ਗਏ ਸੀ। ਉਹ ਕਹਿੰਦਾ ਵੀ ਗੱਲ ਉਲਟ ਹੋ ਗਈ, ਸਰਮਾਏਦਾਰੀ ਨਾਲ ਹਿੰਦੁਸਤਾਨ ਦੀ ਨਾਲ ਸਮਝੌਤਾ ਹੋ ਗਿਆ ਅੰਗਰੇਜ਼ਾਂ ਦਾ, ਅਤੇ ਇਹ ਰਾਜ ਲੋਕਾਂ ਦਾ ਨਹੀਂ ਰਿਹਾ ਜੇ ਹੁਣ।
ਉੱਥੇ ਫਿਰ ਫਸਾਦ ਸ਼ੁਰੂ ਹੋ ਗਏ। ਉਹਨਾਂ ਫਸਾਦਾਂ 'ਚ ਮੈਂ ਬੜਾ ਔਖਾ ਹੋ ਚੁੱਕਿਆ। ਮੈਂ ਮੇਰੇ ਆਲੇ ਦੁਆਲੇ ਪਿੰਡਾਂ 'ਚ ਬੰਦੇ ਮੁਸਲਮਾਨ ਮਾਰੇ ਗਏ। ਮੇਰੇ ਪਿੰਡ ਦੇ ਮੁਸਲਮਾਨ ਮੇਰੇ ਬੜੇ ਦੋਸਤ ਸੀ, ਉਹ ਆਖਦੇ ਹੁਣ ਸਾਨੂੰ ਵੀ ਮਰਵਾਉਣਾ ਹੈ। ਮੈਂ ਕਿਹਾ ਇਕੱਠ ਕਰੋ ਜੀ। ਉਹਨਾਂ ਨੇ ਇਕੱਠ ਕੀਤਾ। ਮੈਂ ਕਿਹਾ ਵੀ ਤੁਸੀਂ ਰਹਿਣਾ ਚਾਹੁੰਦੇ ਹੋ ਕਿ ਪਾਕਿਸਤਾਨ ਜਾਣਾ ਚਾਹੁੰਦੇ ਹੋ? ਉਹ ਹਰੇ ਵੀ ਰਹੀਏ ਤਾਂ ਮਰਨ ਨੂੰ ਥਾਂ ਹੈ, ਸਾਡਾ ਪਹਿਲਾਂ ਬਚਾਅ ਕਰੋ, ਘਰ ਛੱਡਣ ਨੂੰ ਕਿਹਦਾ ਜੀ ਕਰਦਾ। ਬਿਲਕੁਲ। ਮੇਰੇ ਦੋਸਤ ਮੁੰਡੇ ਉਹ ਮੇਰੇ ਨਾਲ ਸਾਡੇ ਨਾਲ ਵਾਹੀ 'ਚ ਵੀ ਨਾਲ ਕੰਮ ਕਰਦਾ ਰਿਹਾ ਸੀ, ਦੋ ਹੋਰ ਸੀ ਮੁੰਡੇ ਜਿਹੜੇ ਮੇਰੇ ਨਾਲ ਕੋਡੀ ਕੁਡੀ ਖੇਡਦੇ ਰਹੇ ਸੀਗੇ। ਉਹਨਾਂ ਨੇ ਮੂਹਰੇ ਲੱਗ ਕੇ, ਅਸੀਂ 15-20 ਮੁੰਡਿਆਂ ਨੇ ਉਹਨਾਂ ਸਾਰੇ ਪਿੰਡਾਂ ਨੂੰ ਕਿਹਾ ਵੀ ਚਲੋ ਅਸੀਂ ਉਹਨਾਂ ਨੂੰ ਲਿਜਾ ਕੇ ਜਗਰਾਵਾਂ ਤੋਂ 10 ਮੀਲ 'ਤੇ ਪੁਲ ਆਉਂਦਾ, ਉਦੋਂ ਉਰੇ ਉੱਥੇ ਮੁਸਲਮਾਨਾਂ ਦਾ ਡੇਰਾ ਲਾਇਆ ਹੋਇਆ ਸੀਗਾ। ਉੱਥੇ ਅਸੀਂ ਉਹਨਾਂ ਨੂੰ ਉੱਥੇ ਸਾਰਿਆਂ ਨੂੰ ਹਿਫਾਜ਼ਤ ਨਾਲ ਛੱਡਿਆ ਜੀ, ਵਾਪਸ ਆ ਗਏ। ਉਦੋਂ ਬਾਅਦ ਫਿਰ ਮੈਂ ਪੂਰਨਮਾਸ਼ੀ ਨਾਵਲ ਲਿਖਿਆ। ਠੀਕ। 1 ਸਾਲ ਠਹਿਰ ਕੇ ਕਿ ਮੈਂ ਨੌਕਰੀ ਛੱਡਿਆ ਆ। ਉੱਥੇ ਇਹ ਵੀ ਮੈਨੂੰ ਪਤਾ ਲੱਗ ਗਿਆ ਕਿ ਮੀਰਪੁਰ ਦੀ ਛਾਉਣੀ 'ਚ ਇੱਕ ਮੁਸਲਮਾਨਾਂ ਨੂੰ ਹਥਿਆਰ ਦਿੱਤੇ ਆ, ਹਿੰਦੂਆਂ ਨੂੰ ਹਥਿਆਰ ਦਿੱਤੇ ਆ, ਸਿੱਖਾਂ ਨੂੰ ਵੀ ਹਥਿਆਰ ਦਿੱਤੇ ਆ। ਮੈਨੂੰ ਉੱਥੇ ਵਿੱਚ ਰਹਿੰਦਿਆਂ ਹੋਇਆਂ ਇਹ ਪਤਾ ਲੱਗ ਗਿਆ। ਮੈਂ ਫਿਰ ਨੌਕਰੀ ਛੱਡਿਆ ਸੀ ਜੀ, ਅਤੇ 1 ਸਾਲ ਫਿਰ ਮੈਂ ਬਹੁਤ ਔਖਾ ਰਿਹਾ। ਜਸਵੰਤ ਸਿੰਘ ਕੰਵਲ ਦਾ ਅਗਲਾ ਬੇਹੱਦ ਮਕਬੂਲ ਹੋਇਆ ਨਾਵਲ ਪੂਰਨਮਾਸ਼ੀ ਸੀ, ਜੋ ਭਾਰਤ ਵਿੱਚ 47 ਦੀ ਉਥਲ ਪੁਥਲ ਤੋਂ ਬਾਅਦ ਉਸਨੇ ਇਸ ਨਾਵਲ ਨੂੰ ਖੇਤਾਂ ਦੀਆਂ ਵੱਟਾਂ ਤੇ ਬੈਠ ਬੈਠ ਕੇ ਲਿਖਿਆ, ਤੇ ਜੋ ਭਾਸ਼ਾ ਵਿਭਾਗ ਵੱਲੋਂ ਇਨਾਮਾਂ ਦੀ ਰਾਜਨੀਤੀ ਦੀ ਭੇਟ ਚੜ ਗਿਆ। ਪਰ ਸੱਚ ਨੂੰ ਕੌਣ ਝੁਠਲਾ ਸਕਦਾ ਸੀ ਤੇ 45 ਸਾਲ ਬਾਅਦ ਕਮਲ ਨੂੰ ਉਹ ਇਨਾਮ ਦੇ ਦਿੱਤਾ ਗਿਆ। ਫਿਰ ਮੈਂ ਉਹ ਸੋਚ ਸੋਚ ਕੇ ਗੀਤ ਇਕੱਠੇ ਕੀਤੇ। ਹਾਂਜੀ। ਜ਼ਬਾਨ ਮੇਰੇ ਕੋਲ ਸੀ ਪੰਜਾਬੀ ਦੀ। ਬਿਲਕੁਲ। ਅਤੇ ਮੈਂ ਹੌਲੀ ਹੌਲੀ ਫਿਰ ਪੰਜਾਬ ਦੀਆਂ ਵੱਟਾਂ 'ਤੇ ਬਹਿ ਬਹਿ ਕੇ ਪੂਰਨਮਾਸ਼ੀ ਨਾਵਲ ਲਿਖਿਆ ਜੀ। ਉਹ ਨਾਵਲ ਬੜਾ ਮਕਬੂਲ ਹੋ ਗਿਆ। ਮਕਬੂਲ ਹੋਇਆ ਅਤੇ ਉਹਨੂੰ ਭਾਸ਼ਾ ਵਿਭਾਗ ਵਾਲਿਆਂ ਨੇ, ਉਹਨਾਂ ਦੇ 3 ਰਿਵਿਊਰ ਸੀ, ਉਹਨਾਂ ਨੇ ਉਹਨੂੰ ਫਸਟ ਕੱਢ ਦਿੱਤਾ ਸਾਰੀਆਂ 'ਚੋਂ। ਅੱਛਾ ਜੀ। ਇਹ ਕੋਈ 50 ਦੀ ਗੱਲ ਹੈ ਜੀ। ਉਹਦੇ 'ਤੇ ਇੱਕ ਬੰਦੇ ਨੇ, ਲੇਖਕ ਸੀ ਉਹ ਪ੍ਰਤਾਪ ਸਿੰਘ ਕੈਰੋ, ਉਦੋਂ ਚੀਫ ਮਿਨਿਸਟਰ ਸੀ ਜੀ, ਉਹਨੂੰ ਕਿਹਾ ਮਿਲਿਆ ਵੀ ਆਹ ਮੇਰਾ ਮਸਲਾ, ਮੈਂ ਕਿਤਾਬ ਲਿਖੀ ਹੈ, ਇਹ ਹੈ। ਉਹਨੇ ਟੈਲੀਫੋਨ ਕਰਤਾ ਭਾਸ਼ਾ ਵਿਭਾਗ ਨੂੰ ਵੀ ਇਹਨੂੰ ਪਹਿਲਾ ਇਨਾਮ ਦੇ ਦਿਓ। ਉਹ ਮੈਨੂੰ ਕੱਟ ਕੇ 2 ਨੰਬਰ 'ਤੇ ਕਰਤਾ। ਅੱਛਾ। ਮੈਂ ਅਪਲਾਈ ਵੀ ਨਹੀਂ ਕੀਤਾ ਜੀ। ਮੇਰੇ ਕਿਸੇ ਦੋਸਤ ਮੁੰਡੇ ਨੇ ਤੁਹਾਡੇ ਵਰਗੇ ਨੇ ਅਪਲਾਈ ਕੀਤਾ, ਵੀ ਤੂੰ ਕਿਉਂ ਨਹੀਂ ਅਪਲਾਈ ਕਰਨਾ? ਮੈਂ ਨਹੀਂ ਅਪਲਾਈ ਕਰਨਾ, ਮੰਗਣਾ ਮੈਨੂੰ ਆਉਂਦਾ ਨਹੀਂ ਜੀ। ਫਿਰ ਕਿਤਾਬ ਸੀਗੀ ਪ੍ਰੀਤ ਲੜੀ ਵਾਲਿਆਂ ਦੀ, ਉਹਦੇ 4 ਬੰਦੇ ਚਲੇ ਗਏ ਭਾਸ਼ਾ ਭਾਗ ਡਾਇਰੈਕਟਰ ਕੋਲ ਜੀ, ਉਹਦੇ ਵੀ ਸਾਨੂੰ ਆਹ ਇਨਾਮ ਦਿਓ ਜੀ। ਉਹ ਕਹਿਣ ਪਹਿਲਾਂ ਉਹਦਾ ਭਾਈ ਪ੍ਰਤਾਪ ਸਿੰਘ ਕੈਰ ਉਹਨੇ ਆਹ ਕੀਤਾ, ਉੱਥੇ ਉਹ 2 ਨੰਬਰ 'ਤੇ ਉਹ ਕਰਤਾ, 3 ਨੰਬਰ 'ਤੇ ਹੋਰ ਕਰਤਾ। ਮੈਂ ਜਿਹੜਾ 3 ਰਿਵਿਊਰਾਂ ਨੇ ਫਸਟ ਕੱਢਿਆ ਸੀ ਸਾਰਿਆਂ ਨੇ ਮਿਸ ਕੇ, ਮੈਂ ਉਹ ਆਊਟ ਹੋ ਗਿਆ, ਮੇਰੀ ਬੇਇੱਜ਼ਤੀ ਹੋਈ। ਮੈਂ ਜਿਹਨੇ ਅਪਲਾਈ ਕੀਤਾ ਸੀ ਮੇਰਾ, ਮੈਂ ਉਹਨੂੰ ਉਲਾਂ ਪਾ ਦਿੱਤਾ ਤੂੰ ਮੇਰੀ ਬੇਇੱਜ਼ਤੀ ਕਰਾਈ ਹੈ ਜੀ। 45 ਸਾਲ ਬਾਅਦ ਇੱਕ ਡਾਕ ਫਿਰ ਮੇਰਾ ਨਾਮ ਉੱਥੋਂ ਨਿਕਲ, ਇੰਨੇ ਚਿਰ ਬਾਅਦ, 45 ਸਾਲ ਬਾਅਦ, ਉਸ ਤੋਂ ਬਾਅਦ ਮੈਂ ਚੁੱਪ ਕਰ ਰਿਹਾ। ਅਤੇ ਉਹਨੂੰ ਕਿਸੇ ਨੇ ਦੱਸਤਾ ਵੀ ਉਹਨੇ ਇਨਾਮ ਨਹੀਂ ਲੈਣਾ ਡਾਇਰੈਕਟਰ ਨੂੰ ਜੀ, ਡਾਇਰੈਕਟਰ ਇਸ ਘਰ ਆ ਗਿਆ ਇੱਥੇ ਜੀ।
ਉਦੋਂ ਆ ਜਨਾਨੀ ਡਾਕਟਰ ਜਸਵੰਤ ਗਿੱਲ ਮੇਰੀ ਇੱਥੇ ਰਹਿੰਦੀ ਹੁੰਦੀ, ਉਹਦੇ ਕਾਰਨ ਹੀ ਮੈਂ ਆਹ ਕਰ ਪਾਇਆ ਸੀ ਜੀ। ਉਹ ਆਹਦਾ ਵੀ ਮੇਰਾ ਕੀ ਕਸੂਰ ਹੈ, ਮੈਂ ਤਾਂ ਤੁਹਾਨੂੰ ਪਹਿਲ ਨੰਬਰ ਮਾਹੌਲ, ਜਿਹਦਾ ਜਿਹਨੇ ਪਹਿਲਾਂ ਕੱਢਿਆ ਸੀ ਉਹਦਾ ਵੀ ਕੋਈ ਕਸੂਰ ਨਹੀਂ ਸੀ, ਉਹਨੇ ਕੱਢਿਆ ਸੀ ਵੀ ਸਿਫਾਰਿਸ਼ ਚੱਲਦੇ ਮੈਂ ਇਨਾਮ ਨਹੀਂ ਲੈਣਾ ਜੀ। ਉਹ ਆਹਦਾ ਮੈਂ ਆਇਆ ਮਿਸ ਕੇ, ਮੇਰੀ ਵੀ ਬੇਇੱਜ਼ਤੀ ਹੈ, ਅਤੇ ਉਹਨੇ ਫਿਰ ਮੇਰੀ ਸਰਦਾਰਨੀ ਨੂੰ ਡਾਕਟਰ ਜਸਵੰਤ ਗਿੱਲ ਨੂੰ ਉਹਨੂੰ ਕਿਹਾ, ਉਹ ਆਹਦੀ ਵੀ ਨਹੀਂ ਤੁਸੀਂ, ਉਹ ਆਹਦੀ ਜੀ ਮੈਂ ਲੈ ਕੇ ਆਊਂ ਇਹਨਾਂ। ਉਹ ਜ਼ਬਰਦਸਤੀ ਮੇਰੀ ਜਨਾਨੀ ਮੈਨੂੰ ਲੈ ਕੇ ਗਈ, ਉਹ ਇਨਾਮ ਫਿਰ ਮੈਨੂੰ ਉਦੋਂ ਦਿੱਤਾ, 45 ਸਾਲ ਬਾਅਦ ਦਿੱਤਾ ਜੀ। ਉਦੋਂ ਮੇਰੀ ਰਾਇਲਟੀ ਬਹੁਤ ਵੱਡੀ ਮੈਨੂੰ ਹੋ ਗਈ ਸੀ ਕਿ ਇਹਨਾਂ ਦੇ ਇਨਾਮ ਕਿੰਨਾ ਦੇਣਾ ਕਰਨਾ, ਮੈਨੂੰ ਰਾਇਲਟੀ ਬਥੇਰੀ ਮਿਲਦੀ। ਇਸ ਤਰ੍ਹਾਂ ਮੈਂ ਆਪਣੀ ਲਾਈਫ 'ਚ ਲਿਖਦਾ ਪੜ੍ਹਦਾ ਚੱਲਿਆ ਆਇਆ, ਔਰ ਮੈਂ ਬਿਲਕੁਲ ਅਣਜਾਣ ਸੀ ਜੀ। ਅਣਜਾਣ ਤੋਂ ਜਦੋਂ ਇਹ ਸਬਜੈਕਟ ਤੁਰਿਆ, ਨਾਲ ਮਿਹਨਤ ਕੀਤੀ, ਪੜ੍ਹਦਾ ਗਿਆ, ਵਿਕੈਬਲਰੀ ਲਈ ਮੈਂ ਸ਼ਬਦਾਵਲੀ ਬਹੁਤ ਇਕੱਠੀ ਕੀਤੀ ਜੀ, ਲੋਕ ਗੀਤ ਬਹੁਤ ਇਕੱਠੇ ਕੀਤੇ ਜੀ। ਉਹਨਾਂ ਸਾਰਿਆਂ ਦੀ ਬਿਨਾਹ 'ਤੇ ਇੱਕ ਵਾਰਸ ਦੀ ਹੀਰ ਮੇਰੀ ਉਦੋਂ ਮੈਨੂੰ ਮੇਰੀ ਆਗੂ ਜਿਹੜੀ ਸੀ ਉਹ ਵਾਰਸ ਦੀ ਹੀਰ ਸੀ ਇੱਕ ਤਰ੍ਹਾਂ ਨਾਲ। ਇਸ ਤਰ੍ਹਾਂ ਮੈਂ ਚੜ੍ਹਦਾ ਚੜ੍ਹਦਾ ਇੱਥੋਂ ਤੱਕ ਆਇਆ। ਜਸਵੰਤ ਸਿੰਘ ਕੰਵਲ ਪੰਜਾਬੀ ਸਾਹਿਤਕ ਜਗਤ ਦੇ ਤਰੂ ਤਾਰਾ ਹਨ। ਜਸਵੰਤ ਸਿੰਘ ਕੰਵਲ ਨੇ ਕਥਾਵਾਂ ਵੀ ਰਚੀਆਂ, ਨਿਬੰਧ ਲੇਖ ਵੀ ਰਚੇ, ਪਰ ਜ਼ਿਆਦਾ ਮਕਬੂਲੀਅਤ ਉਸਦੀ ਪੰਜਾਬੀ ਨਾਵਲਕਾਰੀ ਵਿੱਚ ਹੋਈ ਹੈ। ਜਸਵੰਤ ਸਿੰਘ ਕੰਵਲ ਨੇ ਜੋ ਪੰਜਾਬੀ ਨਾਵਲਕਾਰੀ ਨੂੰ ਦੇ ਵਿੱਚ ਯੋਗਦਾਨ ਪਾਇਆ, ਉਹ ਯੋਗਦਾਨ ਨਾ ਭੁੱਲਣ ਯੋਗ ਹੈ। ਇਸ ਦਾ ਕਾਰਨ ਇਹ ਹੈ ਕਿਉਂਕਿ ਕੰਵਲ ਸਾਹਿਬ ਨੇ ਨੂੰ ਆਪਣੀ ਜ਼ਿੰਦਗੀ ਦੇ ਨਿੱਜੀ ਤਜਰਬੇ, ਨਿੱਜੀ ਅਨੁਭਵ ਸਨ, ਉਹ ਸਾਰੇ ਨਿੱਜੀ ਤਜਰਬੇ ਅਤੇ ਅਨੁਭਵ ਜਾਂ ਜੋ ਵੀ ਉਸਨੇ ਵੱਖ ਵੱਖ ਸਮਾਜਿਕ ਵਿਗਿਆਨਾਂ ਦਾ ਗਿਆਨ ਇਕੱਤਰ ਕੀਤਾ, ਉਸ ਨੂੰ ਆਪਣੇ ਨਾਵਲਾਂ ਵਿੱਚ ਦਰਜ ਕੀਤਾ ਹੈ। ਜਿਵੇਂ ਉਹਨਾਂ ਦੇ ਨਾਵਲਾਂ ਦੀ ਗਿਣਾਤਮਕ ਤੌਰ 'ਤੇ ਉਹਨਾਂ ਨਾਵਲਾਂ ਦੀ ਲਿਸਟ ਜਾਰੀ ਕਰਾਂ ਤਾਂ ਉਹ ਬੜੀ ਹੈਰਾਨੀਜਨਕ ਹੋਵੇਗੀ, ਪਰ ਮੈਂ ਚਾਹੁੰਦਾ ਕਿਉਂਕਿ ਜਿਹੜਾ ਉਹਨਾਂ ਦਾ ਪਹਿਲਾ ਨਾਵਲ ਹੈ ਸੱਚ ਨੂੰ ਫਾਂਸੀ, ਉਸ ਤੋਂ ਲੈ ਕੇ ਲਹੂ ਦੀ ਲੋਅ ਤੱਕ ਜੋ ਨਕਸਲਾਈਟ ਮੂਵਮੈਂਟ ਨਾਲ ਸੰਬੰਧਿਤ ਨਾਵਲ ਸੀ, ਲਹੂ ਦੀ ਲੋਅ ਤੋਂ ਲੈ ਕੇ ਤੁਸ਼ਾਲੀ ਦੀ ਹੰਸੋ ਅਤੇ ਸੁੰਦਰਾਂ ਤੱਕ ਇੱਕ ਲੰਬੀ ਜਿਹੜੀ ਹੈਗੀ ਹੈ ਉਹਨਾਂ ਦੀ ਲਿਸਟ ਜਿਹੜੀ ਨਾਵਲਾਂ ਦੀ ਬਣਦੀ ਹੈ। ਇਹ ਜੇ ਜੋ ਵੀ ਨਾਵਲ ਉਹਨੇ ਰਚੇ ਨੇ ਉਹਨਾਂ ਵਿੱਚ ਜਿਹੜੀ ਸਭ ਤੋਂ ਵੱਡੀ ਜਿਹੜੀ ਉਹਨਾਂ ਦੇ ਮੁੱਖ ਵਿਸ਼ਾ ਜਾਂ ਵਸਤੂ ਸਥਿਤੀ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਮੁਹੱਬਤ ਦੀ ਰਹੀ ਹੈ। ਪਰ ਇਸ ਦਾ ਇਹ ਵੀ ਮਤਲਬ ਨਹੀਂ ਕਿ ਉਹਨਾਂ ਨੇ ਸਿਰਫ ਜਿਹੜੀ ਹੈ ਮੁਹੱਬਤ ਨੂੰ ਹੀ ਵਧੇਰੇ ਸਥਾਨ ਦਿੱਤਾ ਹੈ। ਜਸਵੰਤ ਸਿੰਘ ਕੰਵਲ ਨੇ ਆਪਣੇ ਨਾਵਲਾਂ ਵਿੱਚ ਸਮਾਜਿਕ, ਰਾਜਨੀਤਿਕ, ਆਰਥਿਕ, ਸੱਭਿਆਚਾਰਕ, ਮਨੋਵਿਗਿਆਨਕ ਸੰਰਚਨਾਵਾਂ ਨੂੰ ਵੀ ਆਪਣੇ ਨਾਵਲਾਂ 'ਚ ਪੇਸ਼ ਕੀਤਾ ਹੈ। ਵੈਸੇ ਮੈਂ ਇਹ ਗੱਲ ਮੰਨਦਾ ਕਿ ਜਸਵੰਤ ਸਿੰਘ ਕੰਵਲ ਨੇ ਜੋ ਰਾਜਨੀਤਿਕ ਚੇਤਨਾ ਅਤੇ ਸਮਾਜਿਕ ਚੇਤਨਾ ਦਿੱਤੀ ਹੈ ਉਹ ਨਾ ਭੁੱਲਣ ਯੋਗ ਹੈ। ਅਤੇ ਮੈਂ ਜਿੰਨੇ ਵੀ ਸਾਡੇ ਇਸ ਸਮੇਂ ਪ੍ਰਸਿੱਧ ਨਾਵਲਕਾਰ ਹੁਣ ਚਰਚਿਤ ਨੇ, ਚਾਹੇ ਉਹ ਕੇ ਐਲ ਗਰਗ ਹੈ, ਚਾਹੇ ਬਲਦੇਵ ਸਿੰਘ ਸੜਕਨਾਵਾਂ ਹੈ, ਚਾਹੇ ਹੁਣ ਨਵੇਂ ਜੋ ਹੁਣ ਨਵੇਂ ਆਏ ਨੇ ਨਛੱਤਰ ਸਿੰਘ ਗਿੱਲ ਹੈ ਝੂੜ ਚੱਕੀਆ ਜਾਂ ਮਹਿੰਦਰਪਾਲ ਧਾਲੀਵਾਲ ਬਿਲਾਸਪੁਰ ਗਿਆ, ਇਹਨਾਂ ਸਾਰਿਆਂ ਨੇ ਜਿਹੜਾ ਹੈਗਾ ਇਹਨਾਂ ਸਾਰਿਆਂ ਨੇ ਨਹੀਂ ਜਿੰਨੇ ਵੀ ਨਵੇਂ ਅਤੇ ਪੁਰਾਣੇ ਸਾਡੇ ਨਾਵਲਕਾਰ ਨੇ ਉਹਨਾਂ ਨੇ ਸਾਰਿਆਂ ਨੇ ਜਿਹੜੀ ਹੈਗੀ ਹੈ ਆਪਣੇ ਜਸਵੰਤ ਸਿੰਘ ਕੰਵਲ ਤੋਂ ਹੀ ਰਹਿਨੁਮਾਈ ਲਈ ਹੈ। ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਦਾ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਇਹ ਪ੍ਰਭਾਵ ਇਹਨਾਂ ਲੇਖਕਾਂ ਦੇ ਉੱਤੇ, ਇਹਨਾਂ ਨਾਵਲਕਾਰਾਂ ਉੱਪਰ ਜਸਵੰਤ ਸਿੰਘ ਕੰਵਲ ਦਾ ਰਿਹਾ ਹੈ। ਜਸਵੰਤ ਸਿੰਘ ਕੰਵਲ ਨੇ ਆਪਣਾ ਤਖੱਲਸ ਕੰਵਲ ਆਪਣੇ ਦੋਸਤ ਦੇ ਕਹਿਣ 'ਤੇ ਰੱਖਿਆ, ਜਿਸ ਨੂੰ ਉਹ ਆਪਣਾ ਪਹਿਲਾ ਗਾਈਡ ਵੀ ਮੰਨਦਾ ਹੈ। ਜਸਵੰਤ ਸਿੰਘ ਤੁਹਾਡਾ ਨਾਮ ਜੀ, ਜਸਵੰਤ ਸਿੰਘ ਕੰਵਲ ਨਾਲ ਲਿਖਦੇ ਆਏ ਹੋ ਜੀ, ਸੋ ਜਿਹੜਾ ਤਖੱਲਸ ਹੈ ਕੰਵਲ ਇਸ ਬਾਰੇ ਸਾਨੂੰ ਜ਼ਰੂਰ ਦੱਸੋ। ਮੈਂ ਉਦੋਂ ਮਿਲਾਇਆ ਜੀ, ਮੈਂ ਮਿਲਾਇਆ ਪਹਿਲੀਆਂ ਕੱਚੀਆਂ ਪੀਲੀਆਂ ਕਵਿਤਾਵਾਂ ਲਿਖੀਆਂ ਜੀ, ਅਤੇ ਮੇਰਾ ਇੱਕ ਦੋਸਤ ਸੀ ਭਾਈ ਕੇ ਫਫੜਿਆਂ ਦਾ ਜੀ,
ਇੱਕ ਤਰ੍ਹਾਂ ਨਾਲ ਮੇਰਾ ਉਹ ਪਹਿਲਾ ਗਾਈਡ ਹੀ ਗਿਣੋ। ਠੀਕ ਹੈ। ਉਹ ਕਹਿੰਦਾ ਵੀ ਤੂੰ ਆਪਣਾ ਤਖਲਸ ਰੱਖ, ਮੈਨੂੰ ਤਾਂ ਪਤਾ ਹੀ ਨਹੀਂ ਵੀ ਤਖਲਸ ਵੀ ਰੱਖਦੇ ਹੁੰਦੇ ਆ। ਉਹ ਫਿਰ ਕਹਿੰਦਾ ਨਾ ਵੀ ਤੂੰ ਆਪਣਾ ਥਲ ਕਮਲ ਰੱਖ ਜੀ, ਬਈ ਇਹ ਮਗਰੋਂ ਸਾਰੇ ਜਿਹੜੇ ਸ਼ਾਇਰ ਹੈ ਉਹ ਰੱਖਦੇ ਆ, ਉਹ ਮੈਂ ਤਖਲਸ ਫਿਰ ਉੱਥੋਂ ਤੋਂ ਉਹਦੇ ਤੌਰ 'ਤੇ ਉਹ ਕਮਲ ਰੱਖ ਲਿਆ। ਕਮਲ ਫਿਰ ਨਾਲ ਜੁੜਿਆ ਹੋਇਆ, ਮਗਰੋਂ ਫਿਰ ਲੈ ਲੈਣ ਵਾਲੀ ਗੱਲ ਹੀ ਮੁੱਕ ਗਈ। ਜਸਵੰਤ ਸਿੰਘ ਕੰਵਲ ਸਾਡੇ ਵੇਲਿਆਂ ਦਾ, ਬਲਕਿ ਸਾਡੇ ਤੋਂ ਪਹਿਲਾਂ ਦੇ ਵੇਲਿਆਂ ਦਾ ਵੀ ਇੱਕ ਪ੍ਰਮੁੱਖ ਨਾਵਲਕਾਰ ਹੈ। ਜਿਸ ਨੇ ਪੰਜਾਬੀ ਨਾਵਲ ਨੂੰ ਦਸ਼ਾ ਅਤੇ ਦਿਸ਼ਾ ਦੋਵੇਂ ਦਿੱਤੀਆਂ ਨੇ। ਪੰਜਾਬੀ ਨਾਵਲ ਨੂੰ ਨਾਨਕ ਸਿੰਘ ਦੇ ਮੱਧ ਵਰਗੀ, ਸ਼ਹਿਰੀ ਮੱਧ ਵਰਗੀ ਆਦਰਸ਼ਵਾਦ ਚੋਂ ਕੱਢ ਕੇ ਪਿੰਡਾਂ ਦੇ ਨਿਰੋਲ ਅਤੇ ਕੌੜੇ ਯਥਾਰਥ ਨਾਲ ਜੋੜਨ ਦੀ ਜਿਹੜੀ ਵਿਉਂਤ ਹੈ ਉਹ ਜਸਵੰਤ ਸਿੰਘ ਕੰਵਲ ਤੋਂ ਸ਼ੁਰੂ ਹੋਈ ਹੈ। ਪਿੰਡਾਂ ਦਾ ਜੀਵਨ, ਜਨ ਜੀਵਨ ਦਾ ਕਣ ਕਣ ਜਿਹੜਾ ਹੈ ਉਹ ਕੰਵਲ ਹੋਰਾਂ ਦੇ ਨਾਵਲਾਂ 'ਚ ਸਮੋਇਆ ਹੋਇਆ ਹੈ। ਔਰ ਇੱਕ ਗੱਲ ਜਿਹੜੀ ਵੱਡੀ ਹੈ, 70 ਸਾਲ ਤੱਕ ਪੜ੍ਹਿਆ ਜਾਂਦੇ ਰਹਿਣਾ, ਪਾਠਕ ਹਰ ਪੀੜ੍ਹੀ ਦੇ ਪਾਠਕ 'ਚ ਉਹਨਾਂ ਦੀ ਪੱਲ ਜਿਹੜੀ ਬਣੀ ਰਹਿਣੀ, ਇਹ ਸਭ ਤੋਂ ਵੱਡੀ ਉਹਨਾਂ ਦੀ ਕਲਮ ਦੀ ਗੱਲ ਹੈ। ਅੱਜ ਤੋਂ 70 ਸਾਲ ਪਹਿਲਾਂ ਦੇ ਛਪੇ ਹੋਏ ਨਾਵਲ ਅੱਜ ਵੀ ਉੱਨੀ ਸ਼ਿੱਦਤ ਨਾਲ ਪੜ੍ਹੇ ਜਾਂਦੇ ਨੇ, ਅੱਜ ਵੀ ਉਹਦੇ ਪਾਠਕ ਨੇ, ਔਰ ਸੈਂਕੜੇ ਐਡੀਸ਼ਨਾਂ 'ਚ ਉਹ ਨਾਵਲ ਜਿਹੜੇ ਨੇ, ਜਿਵੇਂ ਸੱਚ ਨੂੰ ਫਾਂਸੀ ਹੈ, ਪੂਰਨਮਾਸ਼ੀ, ਤੇ ਸਮਝ ਲਓ ਇੱਕ ਪੇਂਡੂ ਜੀਵਨ ਦਾ ਇੱਕ ਕਲਾਸਿਕ ਨਾਵਲ ਜਿਹੜਾ ਹੈ ਉਹ ਮੈਂ ਕਹਿੰਦਾ ਵੀ ਉਸ ਨੂੰ ਮੰਨਿਆ ਜਾ ਸਕਦਾ। ਬਾਕੀ ਲੋਕ ਲਹਿਰਾਂ ਦੇ ਰਾਤ ਬਾਕੀ ਹੈ, ਲਹੂ ਦੀ ਲੋ, ਲੋਕ ਲਹਿਰਾਂ 'ਤੇ ਵੀ ਨਾਵਲ ਉਹਨਾਂ ਨੇ, ਪੰਜਾਬ ਦੇ ਅੱਤਵਾਦ ਬਾਰੇ ਵੀ ਨਾਵਲ ਉਹਨਾਂ ਦੇ ਆਏ ਨੇ, ਔਰ ਉਹ ਸਮੇਂ ਦੀ ਨਵਜ ਨੂੰ ਫੜ ਕੇ ਲਿਖਣ ਵਾਲਾ ਨਾਵਲਕਾਰ ਹੈ ਜਿਹੜਾ ਅੱਜ ਵੀ ਓਨਾ ਹੀ ਪਾਪੂਲਰ ਹੈ ਜਿੰਨਾ ਅੱਜ ਤੋਂ 70 ਸਾਲ ਪਹਿਲਾਂ ਪਾਪੂਲਰ ਸੀ। ਔਰ ਉਸਨੇ ਪਿੰਡਾਂ ਦੇ ਜਨ ਜੀਵਨ ਨੂੰ, ਪਿੰਡਾਂ ਦੇ ਦੁੱਖ ਦਰਦ ਨੂੰ ਆਪਣੇ ਨਾਵਲਾਂ 'ਚ ਪਰੋਇਆ, ਇੱਥੋਂ ਦੀ ਮੁਹੱਬਤ ਨੂੰ, ਇੱਥੋਂ ਦੇ ਪਿਆਰ ਨੂੰ, ਇੱਥੋਂ ਦੇ ਜਜ਼ਬੇ ਨੂੰ, ਇੱਥੋਂ ਦੇ ਪੇਂਡੂ ਪੰਜਾਬੀ ਦੇ, ਪੰਜਾਬ ਦੇ ਪੇਂਡੂ ਜਜ਼ਬੇ ਨੂੰ ਉਹਨਾਂ ਦੇ ਨਾਵਲਾਂ 'ਚ ਪ੍ਰਮੁੱਖ ਥਾਂ ਮਿਲੀ ਹੈ। ਔਰ ਇਹ ਇੱਕ ਵੱਡੀ ਗੱਲ ਹੈ ਕਿ ਅੱਜ 70 ਸਾਲਾਂ ਬਾਅਦ ਵੀ ਉਹਨੂੰ ਉਨੇ ਹੀ ਪਿਆਰ ਨਾਲ ਤੇ ਉਨੀ ਮੁਹੱਬਤ ਨਾਲ ਹਰ ਪੀੜ੍ਹੀ ਦੇ ਲੋਕ, ਹਰ ਪੀੜ੍ਹੀ ਦੇ ਪਾਠਕ ਜਿਹੜੇ ਆ ਪੜ੍ਹਦੇ ਆ। ਸੰਨ 2015 ਤੱਕ 96 ਸਾਲ ਦੀ ਉਮਰ ਹੰਢਾ ਚੁੱਕੇ ਜਸਵੰਤ ਸਿੰਘ ਕੰਵਲ ਦੀ ਚੰਗੀ ਸਿਹਤ ਦਾ ਰਾਜ ਲੰਬੀ ਸੈਰ, ਘੱਟ ਖਾਣਾ ਅਤੇ ਸਾਦਾ ਖਾਣਾ ਰਹੀ ਹੈ। ਉਸਦਾ ਇਹ ਨੇਮ ਅੱਜ ਤੱਕ ਬਾਦਸਤੂਰ ਜਾਰੀ ਹੈ। ਕੰਵਲ ਜੀ, ਲਗਭਗ 1 ਸਦੀ ਦਾ ਤੁਸੀਂ ਅਰਸਾ ਹੈ ਜੋ, ਮੇਰੀ ਉਮਰ ਹੁਣ 96 ਸਾਲ ਪੂਰੇ ਹੋਣ ਵਾਲੇ ਆ ਜੀ, ਮਤਲਬ 1 ਸਦੀ ਲਗਭਗ ਹੋ ਚੱਲੀ ਆ। ਔਰ ਤੁਹਾਡੀ ਅਸੀਂ ਦੇਖਿਆ ਜਦੋਂ ਆਏ ਹੈ ਕਿ ਤੁਸੀਂ ਇੰਨੀ ਠੰਡ ਦੇ ਵਿੱਚ ਵੀ ਬੜੇ ਵਧੀਆ ਮਤਲਬ ਤੁਰ ਫਿਰ ਰਹੇ ਸੀਗੇ, ਤੇ ਇਸ ਦੀ ਸਿਹਤ ਜਿਹੜੀ ਹੈਗੀ ਆ 96 ਸਾਲ ਦੀ ਉਮਰ ਦੇ ਵਿੱਚ ਵੀ ਇੰਨੀ ਵਧੀਆ ਸਿਹਤ, ਇਸ ਦਾ ਕੋਈ ਰਾਜ ਸਾਨੂੰ ਜ਼ਰੂਰ ਦੱਸੋ। ਮੈਂ ਕੋਈ ਐਰਾ ਵਗੈਰਾ ਨਹੀਂ ਖਾਧਾ ਜੀ, ਸਾਦਾ ਖੁਰਾਕ ਜੋ ਘਰ 'ਚ ਆਮ ਹੁੰਦੀ ਸੀ। ਮੈਂ ਜੱਟ ਘਰ ਦੀ ਪੈਦਾਵਾਰ ਹਾਂ ਜੀ, ਔਰ ਤਕਰੀਬਨ ਸਾਡੀ ਮੱਝ ਸਾਡੇ ਘਰ ਰੱਖੀ ਹੁੰਦੀ ਸੀ ਉਦੋਂ, ਹੁਣ ਅਸੀਂ ਉਹ ਛੱਡਤੀ, ਲੇਕਿਨ ਦੁੱਧ ਘਿਓ ਵਾਲੀ ਗੱਲ ਜਿਹੜੀ ਹੈ ਉਹ ਸਾਡੀ ਬਦਸਤੂਰ 'ਚ ਹਾਲੇ ਵੀ ਚੱਲਦੀ ਹੈ। ਇਸ ਤੋਂ ਬਿਨਾਂ ਮੈਂ ਕੋਈ ਖਾਸ ਖਾਧਾ ਨਹੀਂ ਹੈ, ਜਿਵੇਂ ਕੋਈ ਮਿਸ ਕੇ ਭਲਵਾਨ ਖਾਤੇ ਕਰਦੇ ਉਸ ਤਰ੍ਹਾਂ ਦਾ ਮੈਂ ਨਹੀਂ ਖਾਧਾ, ਲੇਕਿਨ ਮੇਰੀ ਸਿਹਤ ਬਣੀ ਰਹੀ ਹੈ ਔਰ ਮੈਂ ਤੁਰਦਾ ਰਿਹਾ ਕਾਫੀ ਜੀ, ਬਾਹਰ ਅੰਦਰ ਗੇ ਮੈਂ ਫੋਰਨ ਵਿੱਚ ਵੀ 5-4 ਗੇੜੇ ਲਾਏ ਆ, ਕਨੇਡਾ, ਅਮੈਰੀਕਾ, ਇੰਗਲੈਂਡ ਅਤੇ ਯੂਰਪ ਸਾਰਾ ਹੀ ਮੈਂ ਘੁੰਮਿਆ ਹੈ। ਇੱਧਰ ਵੀ
ਸਿੰਗਾਪੁਰ ਹਾਂਗਕਾਂਗ ਵਗੈਰਾ ਜਾਣੀ ਕਿ ਵਾਹਵਾ ਅਵਾਰਾਗਰਦੀ ਕੀਤੀ ਹੈ, ਮੈਨੂੰ ਉਸ ਅਵਾਰਾਗਰਦੀ ਦਾ ਲਾਭ ਹੋਇਆ। ਸਰਦਾਰ ਜਸਵੰਤ ਸਿੰਘ ਜੀ ਕੰਵਲ ਪੰਜਾਬੀ ਦਾ ਉਹ ਮਹਾਨ ਨਾਵਲਕਾਰ ਹੈ ਜਿਹੜਾ ਆਪਣੇ ਕੱਦ ਵਾਂਗ ਹੀ ਪੰਜਾਬੀ ਦੇ ਵਿੱਚ ਉਹਨੇ ਬੜਾ ਲੰਮਾ ਸਮਾਂ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕੀਤਾ ਹੈ ਔਰ ਪੰਜਾਬੀ ਦੇ ਵਿੱਚ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਪਾਠਕ ਉਹਨਾਂ ਨੇ ਪੈਦਾ ਕੀਤੇ ਨੇ। ਅੱਜ ਵੀ ਕੰਵਲ ਜਿਹੜਾ ਬਹੁਤ ਸਾਰੇ ਨੌਜਵਾਨਾਂ ਵੱਲੋਂ ਅਤੇ ਜਿਹੜੇ ਹੈ ਗੰਭੀਰ ਕਿਸਮ ਦੇ ਪਾਠਕ ਆ ਉਹਨਾਂ ਵੱਲੋਂ ਵੀ ਲਗਾਤਾਰ ਪੜ੍ਹਿਆ ਜਾ ਰਿਹਾ। ਜਸਵੰਤ ਸਿੰਘ ਜੀ ਕੰਵਲ ਉਹਨਾਂ ਨੇ ਲਹੂ ਦੀ ਲੋ ਵਰਗੇ, ਰਾਤ ਬਾਕੀ ਹੈ ਵਰਗੇ, ਜਾਂ ਪੂਰਨਮਾਸ਼ੀ ਪਾਲੀ ਵਰਗੇ ਮਹਾਨ ਨਾਵਲ ਜਿਹੜੇ ਆ ਪੰਜਾਬੀ ਸਾਹਿਤ ਨੂੰ ਦਿੱਤੇ ਨੇ। ਔਰ ਇੱਕ ਕੰਵਲ ਦੀ ਹੋਰ ਖਾਸੀਅਤ ਹੈ, ਉਹ ਪੰਜਾਬ ਦੇ ਹੱਕਾਂ ਦੇ ਵਿੱਚ ਹਮੇਸ਼ਾ ਹੀ ਬੋਲਦਾ ਰਿਹਾ ਹੈ। ਕੰਵਲ ਜੀ ਦੀ ਕਲਮ ਜਿਹੜੀ ਹੈ ਪੰਜਾਬ ਦੇ ਲਕਾਈ ਲਈ, ਪੰਜਾਬ ਦੀ ਪੀੜਤ ਧਿਰ ਲਈ ਜਿਹੜੀ ਆ ਉਹ ਬੋਲਦੀ ਰਹੀ ਹੈ। ਔਰ ਕਲਮ ਹੀ ਨਹੀਂ, ਉਹਨਾਂ ਨੇ ਆਪਣੀ ਆਵਾਜ਼ ਦੇ ਨਾਲ ਵੀ ਪੰਜਾਬ ਦੀ ਜਿਹੜੀ ਹੈ ਉਹ ਗੱਲ ਨੂੰ ਉਠਾਇਆ, ਪੰਜਾਬ ਦੇ ਦੁੱਖਾਂ ਦਰਦਾਂ ਦੀ ਜਿਹੜੀ ਗੱਲ ਉਹ ਆਪਣੀ ਕਲਮ ਦੇ ਨਾਲ ਵੀ ਅਤੇ ਆਪਣੀ ਆਵਾਜ਼ ਦੇ ਨਾਲ ਵੀ ਬੁਲੰਦ ਰੱਖੀ ਹੈ। ਜਸਵੰਤ ਸਿੰਘ ਜੀ ਕੰਵਲ ਜਿਹੜੇ ਆ ਹਮੇਸ਼ਾ ਪੰਜਾਬੀਆਂ ਦੀ ਇੱਕ ਧਿਰ ਬਣ ਕੇ ਖੜੋਤੇ ਨੇ ਔਰ ਆਪਣੇ ਇਲਾਕੇ ਦੇ ਵਿੱਚ ਵੀ ਪਿਆਰੇ ਸਤਿਕਾਰੇ ਨੇ ਔਰ ਸਾਰੇ ਪੰਜਾਬ ਦੇ ਵਿੱਚ ਹੀ ਉਹਨਾਂ ਦਾ ਬੜਾ ਮਾਣ ਸਤਿਕਾਰ ਹੈ। ਪੰਜਾਬ ਦੇ ਜਿਹੜੇ ਆ ਨੌਜਵਾਨ ਲੇਖ ਖਾਸ ਤੌਰ 'ਤੇ ਜਿਹੜੇ ਹੈ ਉਹਨਾਂ ਤੋਂ ਪ੍ਰੇਰਨਾ ਲੈਂਦੇ ਨੇ ਅਤੇ ਅੱਜ ਵੀ ਜਿਹੜਾ ਉਹ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਜਸਵੰਤ ਸਿੰਘ ਕੰਵਲ ਜੀ ਬਣੇ ਹੋਏ ਨੇ। ਜਸਵੰਤ ਸਿੰਘ ਕੰਵਲ ਨੇ ਬਹੁਤ ਸਾਰਾ ਸਾਹਿਤ ਪੜ੍ਹਿਆ ਪਰ ਵੇਦਾਂਤ ਦਾ ਉਸ ਤੇ ਬਹੁਤ ਅਸਰ ਹੋਇਆ। ਇਸੇ ਅਸਰ ਅਧੀਨ ਉਹ ਸਾਧ ਬਣਨ ਤੋਂ ਮਸਾਂ ਹੀ ਬਚਿਆ। ਮਾਰਕਸ ਦੇ ਪ੍ਰਭਾਵ ਨੇ ਉਸਦੀ ਸੋਚ ਨੂੰ ਮੋੜਾ ਦਿੱਤਾ ਤੇ ਉਸਨੇ ਆਪਣੀਆਂ ਲਿਖਤਾਂ ਰਾਹੀਂ ਪੰਜਾਬੀ ਸਾਹਿਤ ਵਿੱਚ ਨਾਨਕ ਸਿੰਘ ਤੋਂ ਬਾਅਦ ਦਾ ਦੌਰ ਆਪਣੇ ਨਾਮ ਕਰ ਲਿਆ। ਮੈਂ ਜਦੋਂ ਮਾਰਕਸਿਜ਼ਮ ਦੀ ਸਟੱਡੀ ਕੀਤੀ, ਪਹਿਲਾਂ ਮੈਂ ਵੇਦਾਂਤ ਕਿਸੇ ਸਾਧ ਤੋਂ ਪੜ੍ਹਿਆ ਦੋ ਸ਼ਾਸਤਰ। ਵੇਦਾਂਤ ਨੇ ਮੈਨੂੰ ਸਾਧ ਬਣਦਿਆਂ ਬਣਦਿਆਂ ਮਸਾਂ ਹੀ ਮੈਂ ਬਚਿਆ, ਮੈਂ ਸਾਧ ਬਣ ਜਾਣਾ ਸੀ। ਪਰ ਮੈਨੂੰ ਫਿਰ ਮਾਰਕਸਿਜ਼ਮ ਦੀ ਜਦੋਂ ਸੂਝ ਆਈ ਫਿਰ ਮੈਂ ਉਹ ਛੱਡ ਕੇ ਅਤੇ ਇਸ 'ਤੇ ਇਹਦੇ ਮੁਤਾਬਕ ਲਿਖਣਾ ਸ਼ੁਰੂ ਕੀਤਾ। ਜਦੋਂ ਜਸਵੰਤ ਸਿੰਘ ਕੰਵਲ ਦਾ ਦੌਰ ਸ਼ੁਰੂ ਹੋਇਆ ਉਸ ਤੋਂ ਪਹਿਲਾਂ ਭਾਈ ਵੀਰ ਸਿੰਘ ਅਤੇ ਨਾਨਕ ਸਿੰਘ ਜਿਹੜੇ ਸੀਗੇ ਨਾਵਲਕਾਰ ਦੀ ਵਿਧਾ 'ਚ ਸੀਗੇ। ਨਾਨਕ ਸਿੰਘ ਜ਼ਿਆਦਾ ਸੀ ਉਦੋਂ। ਹਾਂ ਨਾਨਕ ਸਿੰਘ। ਹਾਂ ਅਤੇ ਤੁਸੀਂ ਜਦੋਂ ਮਤਲਬ ਆ ਕੇ ਨਾਵਲਕਾਰੀ 'ਚ ਆਏ ਹਾਂ, ਤੁਸੀਂ ਇੱਕ ਨਰੋਲ ਪੇਂਡੂ ਅਤੇ ਜਟਕ ਜਟਕੀ ਬੋਲੀ 'ਚ ਤੁਸੀਂ ਇੱਕ ਲੈ ਕੇ ਆਇਆ, ਇੱਕ ਨਵਾਂ ਦੌਰ ਜਿਵੇਂ ਤੁਹਾਨੂੰ ਇੱਕਦਮ ਪ੍ਰਸਿੱਧੀ ਮਿਲੀ ਜਿਵੇਂ ਫੁੱਲ ਝੜੀ ਵਾਂਗੂੰ, ਇਹਦਾ ਕੀ ਕਾਰਨ ਸੀ? ਦੇਖੋ, ਮੈਂ ਜੰਪਾਲੀ ਪਿੰਡ ਦਾ ਸੀ। ਮੇਰੇ ਸਾਹਮਣੇ ਜਿਹੜੇ ਵਿਚਾਰ ਸੀਗੇ ਜਾਂ ਮੇਰੇ ਸਾਹਮਣੇ ਜਿਹੜੇ ਕਰੈਕਟਰ ਸੀਗੇ, ਉਹਨਾਂ ਨੇ ਜਿਨ੍ਹਾਂ ਨੇ ਕੁਛ ਚੰਗੇ ਕੰਮ ਕੀਤੇ, ਜਿਨ੍ਹਾਂ ਨੇ ਕੁਛ ਭੈੜੇ ਕੰਮ ਕੀਤੇ, ਉਹ ਸਾਰਾ ਕੁਛ ਵਿਚਰ ਰਿਹਾ ਸੀ ਜਿਹੜਾ ਉਹ ਸੀ। ਜਿਹੜੀਆਂ ਸਿਆਸੀ ਲਹਿਰਾਂ ਸੀ ਉਹ ਵੀ ਪਿੰਡਾਂ 'ਚ, ਕਮਿਊਨਿਸਟ ਲਹਿਰ ਉਦੋਂ ਥੋੜ੍ਹੀ ਜਿਹੀ ਚੱਲ ਰਹੀ ਸੀ। ਬਾਬਾ ਰੂਪ ਸਿੰਘ ਚੂੜਚੱਕ ਵਾਲੇ ਦੋ ਸਾਡੇ ਪਿੰਡ ਦੇ ਸ਼ਹੀਦ ਹੋਏ ਸੀ। ਇੱਕ ਸਾਡੇ ਪਿੰਡ ਦਾ ਕਾਲੇ ਪਾਣੀ ਗਿਆ ਸੀ 20 ਸਾਲ, 4-5 ਬੰਦੇ ਹੋਰ। ਸਾਡਾ ਪਿੰਡ 2 ਨੰਬਰ 'ਤੇ ਦੇਸ਼ ਭਗਤਾਂ 'ਚ ਗਿਣਿਆ ਜਾਂਦਾ। ਇਹਨਾਂ ਨੇ ਉਦੋਂ ਕੁਰਬਾਨੀਆਂ ਕੀਤੀਆਂ, ਉਹਨਾਂ ਦਾ ਅਸਰ ਵੀ ਸੀ ਪਿੰਡ 'ਤੇ। ਅਤੇ ਮੈਂ ਉਸ ਅਸਰ ਹੇਠਾਂ ਬਾਬਾ ਰੂਪ ਸਿੰਘ ਜਿਹੜਾ ਸੀਗੇ ਉਹਦੇ ਨਾਲ ਮੈਂ ਬਹੁਤ ਖੜ੍ਹਾ ਰਿਹਾ। ਨਾਨਕ ਸਿੰਘ ਹੋਰੀ ਉਦੋਂ ਟੌਪ 'ਤੇ ਸੀ ਅਤੇ ਮੈਂ ਉਦੋਂ ਅੰਮ੍ਰਿਤਸਰ ਸ਼੍ਰੋਮਣੀ ਕਮੇਟੀ 'ਚ ਕਲਰਕ ਸੀ। ਉੱਥੇ ਮੈਂ ਇੱਕ ਨਾਵਲ ਲਿਖਿਆ ਸੀ ਅਤੇ ਉਹ ਉੱਥੇ ਮੈਨੂੰ ਨਾਨਕ ਸਿੰਘ ਹੋਰਾਂ ਦਾ ਇੱਕ ਬੰਦੇ ਨੇ ਨਾਨਕ ਸਿੰਘ ਦੀ ਬੇਇੱਜ਼ਤੀ ਕੀਤੀ ਬਾਜ਼ਾਰ 'ਚ। ਉਹਨੇ ਮੇਰਾ ਨਾਂ ਲੈ ਕੇ ਕਿਹਾ ਤੇਰਾ ਸਰੀਕ ਜੰਮ ਪਿਆ। ਉਹਨੇ ਕਿਹਾ ਪਹਿਲਾ ਨਾਵਲ ਉਹਦਾ ਫਲਾਂ ਤੂੰ ਪੜ੍ਹ ਲਈ। ਉਹਨੇ ਮੇਰਾ ਨਾਵਲ ਲੈ ਕੇ ਪੜ੍ਹਿਆ, ਉਹ ਪੜ੍ਹ ਕੇ ਅਤੇ ਮੈਨੂੰ ਮਿਲਣ ਆਇਆ ਸ਼੍ਰੋਮਣੀ ਕਮੇਟੀ ਦੇ ਦਫ਼ਤਰ। ਮੈਂ ਉਤਲੀ ਸੀਟ 'ਤੇ ਸੀ।
ਉੱਥੇ ਉਹ ਆਇਆ ਅਤੇ ਮੈਂ ਉਹਨੂੰ ਜੀ ਆਇਆ ਕਿਹਾ ਚਾਹ ਪਿਲਾਈ ਅਤੇ ਮੈਂ ਕਿਹਾ ਹੁਕਮ ਕਰੋ ਹੋਰ ਕੋਈ। ਉਹਨੇ ਕਿਹਾ ਵੀ ਇੱਕ ਗੱਲ ਤੈਨੂੰ ਕਹਿਣ ਆਇਆ, ਮੈਨੂੰ ਤੇਰੀ ਵਾਰਤਕ ਬਹੁਤ ਚੰਗੀ ਲੱਗੀ ਹੈ ਅਤੇ ਲਿਖਣਾ ਨਾ ਛੱਡੀ। ਉਹ ਵੀ ਗੱਲ ਮੈਨੂੰ ਚੰਗੀ ਲੱਗੀ। ਉਹਦੇ ਨਾਲ ਮੈਂ ਘਰ ਉਹਦੇ ਆਉਣ ਜਾਣ ਹੋ ਗਿਆ, ਉਹਦੇ ਟੱਬਰ ਨਾਲ, ਉਹਦੇ ਆਖਰ ਮਰਨ ਤੱਕ ਮੇਰੀ ਉਹਨਾਂ ਨਾਲ। ਜਿਸ ਦਿਨ ਉਹ ਮਰਿਆ ਮੈਂ ਉੱਥੇ ਸੀ ਪ੍ਰੀਤਨਗਰ, ਅਤੇ ਮੈਂ ਉਹਦਾ ਸੇਵਾ ਫੁਕਾ ਕੇ ਆਇਆ, ਉਹਦਾ ਭੋਗ ਪਾਇਆ, ਸਾਰਾ ਕੁਛ। ਮੇਰੇ ਉਹਦੇ ਨਾਲ ਤਾਲਕਾ ਚੰਗੇ ਰਹੇ। ਹੋਰ ਵੀ ਇਸ ਤਰ੍ਹਾਂ ਲੇਖਕਾਂ ਨਾਲ ਮੈਂ ਬੜਾਈ ਰੱਖੀ। ਕੇਂਦਰੀ ਲੇਖਕ ਸਭਾ ਜਿਹੜੀ ਸੀ ਉਹਦੇ 'ਚ ਮੈਂ ਸਾਥ ਦਿੱਤਾ ਵੱਡੇ ਪੱਖ 'ਤੇ। ਫਿਰ ਮਗਰੋਂ ਉਹਦੇ 'ਚ ਕਮਿਊਨਿਸਟ ਪਾਰਟੀ ਵਾਲੇ ਆ ਵੜੇ, ਉਹਦੇ ਨਾਲ ਫਿਰ ਉਹ ਗੱਲ ਸਰਬ ਪੰਜਾਬੀ ਵਾਲੀ ਗੱਲ, ਸਾਰੇ ਪੰਜਾਬੀਆਂ ਵਾਲੀ ਗੱਲ ਨਾ ਰਹੀ। ਇਸ ਤਰ੍ਹਾਂ ਮੈਂ ਅੱਗੇ ਆਉਂਦਾ, ਰਗੜੇ ਖਾਂਦਾ ਔਰ ਕੁਛ ਨਾ ਕੁਛ ਹਾਸਲ ਕਰਦਾ। ਦਰਅਸਲ ਮੈਨੂੰ ਜਿਹੜਾ ਵਿਦਾਂਤ ਦੇ ਜਿਹੜਾ ਸਿਧਾਂਤ ਸੀ ਉਹਨੇ ਤਕੜਾ ਰੱਖਿਆ। ਫਿਰ ਮੈਂ ਸੈਂਟੀਫਿਕ ਨਜ਼ਰੀਏ ਦਾ ਜਿਹੜਾ ਪੱਖ ਮਾਰਕਸਿਜ਼ਮ ਸੀ ਇਹਦੀ ਸਟੱਡੀ ਕਰਨ ਤੋਂ ਬਾਅਦ ਮੈਂ ਹੋਰ ਤਕੜਾ ਹੋ ਗਿਆ। ਇਉਂ ਮੈਂ ਆਪਣੇ ਸਾਹਿਤ ਵਿੱਚ ਰਲਿਆ ਮਿਲਿਆ ਚੱਲਦਾ ਰਿਹਾ। ਅੱਛਾ, ਇੱਕ ਨਾ ਸਾਡੇ ਲੇਖਕਾਂ ਦਾ ਆਮ ਤੌਰ 'ਤੇ ਪਬਲਿਸ਼ਰਾਂ 'ਤੇ ਬੜਾ ਗਿਲਾ ਰਹਿੰਦਾ ਹੈ। ਪਬਲਿਸ਼ਰ ਐਂ ਕਰਦੇ ਜੀ, ਪਬਲਿਸ਼ ਐਕਸਪਲੋਇਟ ਕਰਦੇ ਆ ਪਬਲਿਸ਼ਰ। ਤੁਹਾਡਾ ਪਬਲਿਸ਼ਰਾਂ ਬਾਰੇ ਵੱਖ ਵੱਖ, ਤੁਹਾਡੇ ਕਈ ਪ੍ਰਕਾਸ਼ਕ ਚੰਦਰ ਸਿੰਘ ਭਾਈ, ਜੀਵਨ ਸਿੰਘ, ਨੈਸ਼ਨਲ ਆਪਣਾ ਆਰ ਸੀ ਪਬਲਿਸ਼ਿੰਗ, ਨਵਯੁਗ ਵਾਲੇ ਬੜੇ ਬੜੇ ਵੱਡੇ ਜਿਹੜੇ ਮੰਨੇ ਪਰਮੰਨੇ ਪਬਲਿਸ਼ਰ ਸੀ, ਉਹਨਾਂ ਨੇ ਤੁਹਾਨੂੰ ਬੜੇ ਮਾਣ ਨਾਲ ਛਾਪਿਆ। ਤੁਹਾਡਾ ਕੀ ਤਜਰਬਾ ਰਿਹਾ ਪਬਲਿਸ਼ਕੇਸ਼ਨ ਬਾਰੇ? ਦੇਖੋ, ਗੱਲ ਇਹ ਹੈ ਕਿ ਜਿੰਨੀ ਤਿਆਰੀ ਸਾਹਿਤ ਲਿਖਣ ਵਿੱਚ ਕਰਨੀ ਚਾਹੀਦੀ ਹੈ ਉਨੀ ਕੀਤੀ ਨਹੀਂ ਗਈ ਜਿਹੜੇ ਬਹੁਤੇ ਲੇਖਕ ਨੇ। ਮੈਂ ਤਾਂ ਕੀੜਾ ਬਣ ਗਿਆ ਇਹਦੇ ਲਈ। ਜਦ ਮੇਰੀ ਕਿਤਾਬ ਪਹਿਲੀ ਵੀ ਇਹ ਛਪ ਗਈ ਬਗੈਰ, ਉਹਦੇ ਮੈਨੂੰ 25 ਰੁਪਈਏ ਮਿਲੇ ਸੀ ਪਹਿਲੀ ਕਿਤਾਬ ਦੇ ਮੇਰੇ। ਮੈਂ ਸਮਝਦਾ ਸੀ ਇਹ ਬਣੇ ਆ ਉਦੋਂ। ਫਿਰ ਇਹ ਹੈ ਵੀ ਅਗਲੇ ਮੈਨੂੰ ਕਹਿਣ ਵੀ ਤੂੰ ਨਾਵਲ ਲਿਖ, ਨਾਵਲ ਨਾਵਲ ਮੇਰੇ ਵਿਕਦੇ ਰਹੇ ਔਰ ਲੋਕ ਪੜ੍ਹਦੇ ਰਹੇ, ਔਰ ਇਸ ਕਰਕੇ ਉਹਨਾਂ ਲਈ ਉਹ ਪ੍ਰੋਫਿਟ ਵਾਲੀ ਗੱਲ ਸੀ। ਹੁਣ ਜਿਹੜਾ ਮਸਲਾ ਆ ਗਿਆ ਕਿ ਲੇਖਕ ਉਨੀ ਮਿਹਨਤ ਸਾਹਿਤ ਲਈ ਕਰਦੇ ਨਹੀਂ ਜਿੰਨੀ ਕਰਨੀ ਚਾਹੀਦੀ ਹੈ। ਲੇਕਿਨ ਛੋਟਾ ਮੋਟਾ ਵੀ ਲਿਖਿਆ ਜਿਹੜਾ ਰੁਪਈਏ ਦੇ ਕੇ ਅਤੇ ਬਾਹਰਲਿਆਂ ਨੇ ਰੁਪਈਏ ਦੇ ਕੇ ਇਹ ਸਾਰਾ ਕੁਛ ਜਿਹੜਾ ਵਿਗਾੜਿਆ ਪਬਲਿਸ਼ਰਾਂ ਨੂੰ। ਹੁਣ ਪਬਲਿਸ਼ਰ ਕੋਈ, ਮੇਰਾ ਖਿਆਲ ਹੈ ਗਿਣਤੀ ਦੇ 4 ਕੁ ਬੰਦੇ ਹੈ ਜਿਹੜੇ ਜਿਨ੍ਹਾਂ ਨੂੰ ਪਬਲਿਸ਼ਰ ਛਾਪਦੇ ਆ, ਨਹੀਂ ਸਾਰਿਆਂ ਤੋਂ ਪੈਸੇ ਲੈ ਕੇ ਛਾਪਦੇ ਆ ਜੀ। ਐਸੀ ਦੁਰਦਸ਼ਾ ਹੋਈ ਹੈ। ਇੱਕ ਤਾਂ ਇਹ ਵੀ ਉਹ ਤਿਆਰੀ ਨਹੀਂ ਕਰਦੇ, ਕੱਚਾ ਛੇਤੀ ਮਸ਼ਹੂਰ ਹੋਣ ਵਾਸਤੇ ਗੋਲੋ ਪੈਸੇ ਦੇ ਕੇ ਕਿਤਾਬ ਛਪਦੀ ਕਰ ਦਿੰਦੇ ਜ਼ਰੂਰ, ਉਹ ਵਿਕੇ ਨਾ ਵਿਕੇ। ਆਮ ਇਹ ਹੈ ਕਿ ਅਗਲੇ ਨੂੰ ਕਹਿੰਦੇ ਕਿ ਅਸੀਂ 1000 ਛਾਪੀ ਆ, 400-500 ਕਿਤਾਬ ਛਾਪਦੇ ਆ, ਉਹ ਪੈਸੇ ਉਹਦੇ ਕੋਲ ਸਾਰੀ ਦੇ ਲੈ ਲੈਂਦੇ ਆ ਔਰ ਉਹਨਾਂ ਦਾ ਉਹ ਇੱਕ ਰੁਜ਼ਗਾਰ ਬਣ ਗਿਆ ਜੀ ਪਬਲਿਸ਼ਰਾਂ ਦਾ, ਜਿਹੜੇ ਨਵਿਆਂ ਤੋਂ ਲੈਂਦੇ ਹੈਗੇ ਆ। ਤੁਹਾਡੇ ਨਾਵਲ ਦੀਆਂ ਕਿਹੜੇ ਨਾਵਲ ਦੀਆਂ ਜਿਹੜੀਆਂ ਛਪੀ ਹੈ? ਔਰ ਰਾਤ ਬਾਕੀ ਹੈ ਬਹੁਤ ਛਪੀ ਹੈ, ਪੂਰਨਮਾਸ਼ੀ ਬਹੁਤ ਛਪੀ ਹੈ ਮੇਰੀਆਂ ਇਹਨਾਂ ਦੀਆਂ। ਮੇਰਾ ਖਿਆਲ 10-15 ਐਡੀਸ਼ਨਾਂ ਨਿਕਲ ਗਈਆਂ ਔਰ ਦੂਜੀਆਂ ਵੀ ਕੋਈ ਐਸੀ ਨਹੀਂ ਕਿ ਜਿਹੜੀ ਨਾ ਛਪੇ ਅਤੇ ਉਹ ਨਾ ਵਿਕਦੀ ਹੋਵੇ ਅਤੇ ਦੂਜੀ ਚੌਥੀ ਵਾਰ ਨਾ ਛਪਦੀ ਹੋਵੇ, ਉਹ ਛਪ ਰਹੀਆਂ। ਔਰ ਮੈਨੂੰ ਅਗਲੇ ਪਹਿਲਾਂ ਘਰ ਆ ਕੇ ਪੈਸੇ ਦੇਣ ਦੀ ਕਹਿੰਦੇ ਵੀ ਆਹ ਲਓ ਅਗਲੀ ਕਿਤਾਬ ਸਾਡੀ ਆਉਣੀ ਚਾਹੀਦੀ ਹੈ। ਲੇਕਿਨ ਜਦੋਂ ਮੈਂ ਇਹ ਲਿਖੀ ਸੀਗੀ ਲਹੂ ਦੀ ਲੋ, ਉਦੋਂ ਸਾਰਿਆਂ ਨੇ ਕਿਹਦੇ ਨਾਲ ਕੀ ਕਹਿਤਾ ਵੀ ਅਸੀਂ ਇਹ ਕਿਤਾਬ ਨਹੀਂ ਛਾਪ ਸਕਦੇ ਜੀ। ਉਹ ਕਿਤਾਬ ਹੀ ਇਸ ਤਰ੍ਹਾਂ ਦੀ ਸੀ, ਛਪੀ ਮੈਂ ਬਾਹਰ ਜਾ ਕੇ, ਉਹ ਜਾ ਕੇ ਸਿੰਗਾਪੁਰ ਛਪੀ, ਚਾਈਨੀਜ਼ ਪ੍ਰੈਸ 'ਤੇ ਛਪੀ। ਉੱਥੋਂ 200-250 ਕਿਤਾਬ ਮੈਂ ਇੰਗਲੈਂਡ ਭੇਜੀ, 200-250 ਕਿਤਾਬ ਉੱਥੋਂ ਹੀ ਮੈਂ ਕਨੇਡਾ ਭੇਜੀ ਔਰ ਬਾਕੀ ਦੀ ਕਿਤਾਬ ਮਦਰਾਸ ਰਾਹੀਂ ਅਸੀਂ ਚੋਰੀ ਲਿਆਂਦੀ ਔਰ ਉਹ ਕਿਤਾਬ ਬਲੈਕ ਵਿੱਚ ਵਿਕਦੀ ਰਹੀ। ਕਿਤਾਬ ਦੀ ਕੀਮਤ ਰੱਖੀ 15 ਰੁਪਏ ਔਰ ਉਹ 80-70 ਰੁਪਏ 'ਚ ਬਲੈਕ ਵਿਕਦੀ ਰਹੀ, ਮੇਰੇ ਸਾਹਮਣੇ ਵਿਕਦੀ ਰਹੀ। ਮੈਂ ਕਿਹਾ ਉਹ ਇਹ ਐਡਾ ਵੱਡਾ ਤਾਂ ਉਹਦੇ ਜੀ ਹੈ ਹੀ ਇਹ ਜੀ, ਅਗਲੇ ਤੋਂ ਕਿਤਾਬ ਦੇ ਪੈਸੇ ਲੈ ਲੈਣੇ, ਉਹਨੂੰ ਕਹਿਣਾ ਫਲਾਨੇ ਦਿਨ ਫਲਾਨੇ ਥਾਂ ਤੈਨੂੰ ਕਿਤਾਬ ਮਿਲ ਜੂ, ਉਹ ਚੋਰੀ ਕਿਤਾਬਾਂ ਦੇਣੀਆਂ। ਐਂ ਵੇਖਦੀ ਰਹੀ ਉਹ।
ਜਸਵੰਤ ਸਿੰਘ ਕੰਵਲ ਨੇ ਹੁਣ ਤੱਕ 32 ਨਾਵਲ, 15 ਕਹਾਣੀ ਸੰਗ੍ਰਹਿ, 30 ਵਾਰਤਕ ਦੀਆਂ ਪੁਸਤਕਾਂ ਲਿਖ ਕੇ ਪੰਜਾਬੀ ਸਾਹਿਤ ਨੂੰ ਅਮੀਰ ਬਣਾਇਆ ਹੈ ਤੇ 96 ਸਾਲ ਦੀ ਉਮਰ ਵਿੱਚ ਵੀ ਉਹ ਨਿਰੰਤਰ ਲਿਖ ਰਿਹਾ ਹੈ ਤੇ ਅੱਜ ਕੱਲ੍ਹ ਆਪਣੀ ਅਗਲੀ ਕਿਰਤ ਰੂਹ ਦਾ ਹਾਨ ਜੋ ਸਵਰਗੀ ਡਾਕਟਰ ਜਸਵੰਤ ਕੌਰ ਗਿੱਲ ਨਾਲ ਸੰਵਾਦ ਹੈ ਨੂੰ ਨੇਪਰੇ ਚਾੜਨ ਵਿੱਚ ਰੁੱਝਾ ਹੋਇਆ ਹੈ। ਕਮਲ ਜੀ, ਜਿਵੇਂ ਰੂਸੀ ਸਾਹਿਤ ਦੀ ਗੱਲ ਹੈਗੀ ਹੈ ਜਾਂ ਅੰਗਰੇਜ਼ੀ ਸਾਹਿਤ ਦੀ ਗੱਲ ਹੈਗੀ ਹੈ, ਉਹਦੇ ਮੁਕਾਬਲੇ ਅਸੀਂ ਪੰਜਾਬੀ ਸਾਹਿਤ ਨੂੰ ਤੁਸੀਂ ਕਿੱਥੇ ਕਿਤੇ ਰੱਖਦੇ ਹੋ? ਦੇਖੋ, ਰੂਸੀ ਸਾਹਿਤ ਬਹੁਤ ਪੁਰਾਣਾ ਸਾਹਿਤ ਹੈ ਜੀ। ਪੰਜਾਬੀ ਸਾਹਿਤ ਜੇ ਚੱਲਿਆ ਤਾਂ ਗੁਰੂ ਨਾਨਕ ਦੀ ਬਾਣੀ ਤੋਂ ਜਾਂ ਬਾਬਾ ਫਰੀਦ ਦੀ ਬਾਣੀ ਤੋਂ ਸ਼ੁਰੂ ਹੁੰਦਾ ਜੀ। ਇਹ ਦੋ ਪ੍ਰਮੁੱਖ ਮਹਾਨ ਹਸਤੀਆਂ ਸੀ ਜਿਨ੍ਹਾਂ ਨੇ ਪੰਜਾਬੀ ਵਿੱਚ ਲੋਕਾਂ ਨੂੰ ਸਿੱਧਾ ਉਚਾਰਨ ਕਰਕੇ ਉਪਦੇਸ਼ ਦਿੱਤੇ ਜੇ। ਇਸ ਤਰ੍ਹਾਂ ਉਹ ਸਾਹਿਤ ਅੱਗੇ ਆਇਆ, ਲੇਕਿਨ ਇਹ ਸਾਹਿਤ ਨੂੰ ਉਰਦੂ ਨੇ ਦੱਬੀ ਰੱਖਿਆ ਜੀ, ਹਿੰਦੀ ਨੇ ਦੱਬੀ ਰੱਖਿਆ, ਫਿਰ ਅੰਗਰੇਜ਼ੀ ਆ ਗਈ, ਅੰਗਰੇਜ਼ੀ ਨੇ ਸਾਰਿਆਂ ਨੇ ਦੱਬੀ ਰੱਖਿਆ। ਹੁਣ ਤੱਕ ਅਜੇ ਵੀ ਸਾਡੀ ਸਰਕਾਰ ਜਿਹੜੀ ਸੀਗੀ ਮਹਾਰਾਜਾ ਰਣਜੀਤ ਸਿੰਘ ਵੇਲੇ ਕਿਹਦੇ ਨਾ ਕਿ ਫਾਰਸੀ ਚੱਲਦੀ ਰਹੀ ਹੈ, ਉਹਨਾਂ ਨੇ ਵੀ ਇਸ ਨੂੰ ਨਹੀਂ ਉਹਨਾਂ ਜਿੰਨਾ ਅਪਣਾਉਣਾ ਚਾਹੀਦਾ ਸੀ ਨਹੀਂ ਅਪਣਾਇਆ। ਪਰ ਹਿਲਦੇ ਹਿਲਦੀ ਕੁਝ ਫੀਸਦੀ ਹੁਣ ਇਹ ਥੋੜ੍ਹੀ ਜਿਹੀ ਉਭਰੀ ਮਾੜੀ ਜੀ, ਅਜੇ ਵੀ 30-35 ਫੀਸਦੀ ਤੋਂ ਵੱਧ ਨਹੀਂ, ਹਾਲੇ ਵੀ ਜਿਹੜੀ ਹੈ ਹੁਣ ਹਿੰਦੀ ਜਿਹੜੀ ਹੈ ਬਹੁਤ ਬੁਰੀ ਤਰ੍ਹਾਂ ਭਾਰੂ ਹੋਈ ਹੋਈ ਹੈ ਔਰ ਇਹਨੂੰ ਮਾਰ ਰਹੀ ਹੈ, ਪੰਜਾਬੀ ਨੂੰ ਸਰਕਾਰੀ ਤੌਰ 'ਤੇ ਮਾਰ ਰਹੀ ਹੈ। ਜਸਵੰਤ ਸਿੰਘ ਕੰਵਲ ਨੇ ਲੇਖਕਾਂ ਤੇ ਬੁੱਧੀਜੀਵੀਆਂ ਨੂੰ ਉਤਸ਼ਾਹਿਤ ਕਰਨ ਹਿੱਤ ਕੁਝ ਇਨਾਮਾਂ ਦੀ ਵੀ ਵਿਵਸਥਾ ਕੀਤੀ ਹੈ, ਜਿਸ ਵਿੱਚ ਬਲਰਾਜ ਸਾਹਨੀ ਫਿਲਮ ਐਕਟਰ ਅਵਾਰਡ, ਇਸ ਦੀ ਇਨਾਮੀ ਰਾਸ਼ੀ 15,000 ਰੁਪਏ, ਬਾਬਾ ਬਲਵੰਤ ਅਵਾਰਡ, ਜਿਸ ਦੀ ਇਨਾਮੀ ਰਾਸ਼ੀ 15,000 ਰੁਪਏ, ਅਤੇ ਡਾਕਟਰ ਜਸਵੰਤ ਕੌਰ ਗਿੱਲ ਅਵਾਰਡ ਜੋ ਇਸਤਰੀ ਲੇਖਕ ਲਈ ਰਾਖਵਾਂ ਹੈ, ਇਸ ਦੀ ਵੀ ਇਨਾਮੀ ਰਾਸ਼ੀ 15,000 ਰੁਪਏ ਰੱਖੀ ਗਈ ਹੈ। ਤੁਸੀਂ ਆਪਦੀਆਂ ਲਿਖਤਾਂ ਚੋਂ, ਆਪਦੀਆਂ ਕਿਰਤਾਂ ਦੇ ਵਿੱਚੋਂ ਕੋਈ ਇਹੋ ਜਿਹਾ ਨਾਵਲ ਦੱਸ ਸਕਦੇ ਹੋ ਜਿਹੜਾ ਤੁਹਾਨੂੰ ਬਹੁਤ ਜ਼ਿਆਦਾ ਮਤਲਬ ਵਧੀਆ ਲੱਗਦਾ ਹੋਵੇ? ਵੈਸੇ ਇਹ ਔਖੀ ਗੱਲ ਬਹੁਤ ਹੈ ਕਿ ਕੋਈ ਕਹੇ ਵੀ ਤੈਨੂੰ ਕਿਹੜਾ ਪੁੱਤ ਚੰਗਾ ਲੱਗਦਾ, ਇਸ ਤਰ੍ਹਾਂ ਕਰਕੇ। ਲੇਕਿਨ ਇਹ ਹੈ ਵੀ ਕੁਝ ਨਾਵਲ ਹੈ ਜਿਨ੍ਹਾਂ ਦਾ ਇਸ ਜਨਾਨੀ ਨਾਲ, ਡਾਕਟਰ ਜਸਵੰਤ ਗਿੱਲ ਨਾਲ ਸੰਬੰਧ ਸੀਗਾ, ਜੁੜਿਆ ਉਹ ਰਾਤ ਬਾਕੀ ਸੀ ਜੀ। ਪਹਿਲਾਂ ਇਹ ਰਾਤ ਬਾਕੀ ਪੜ੍ਹ ਕੇ ਹੀ ਉਹਨੇ ਮੈਨੂੰ ਚਿੱਠੀ ਲਿਖੀ, ਮੇਰੇ ਨਾਲ ਪਹਿਲਾਂ ਲੜੀ, ਲੜਨ ਤੋਂ ਬਾਅਦ ਫਿਰ ਸਾਡੀ ਆਪੇ ਸੁਲਾਹ ਹੋਈ ਜੀ। ਉਹ ਮੈਨੂੰ ਦਿੱਲੀ ਮਿਲੀ, ਉੱਥੇ ਉੱਥੇ ਸਾਡੇ ਜੁੜੇ ਹੋਏ, ਇੰਨੇ ਅਸੀਂ ਇੱਕ ਦੂਜੇ ਦੇ ਨੇੜੇ ਆ ਗਏ। ਮੈਂ ਕਿਹਾ ਵੀ ਤੂੰ, ਤੈਨੂੰ ਮੈਂ ਬੱਚਿਆਂ ਵਾਲਾ ਬੰਦਾ ਕਿਵੇਂ ਚੰਗਾ ਲੱਗਿਆ? ਉਹ ਅਜੇ ਵੀ ਮੈਨੂੰ ਬਿਨਾਂ ਬੱਚਿਆਂ ਤੋਂ ਨਹੀਂ, ਮੈਂ ਬੱਚੇ ਨਹੀਂ ਚਾਹੁੰਦੀ ਸੀ, ਮੈਨੂੰ ਮੇਰੀ ਰੂਹ ਨਾਲ ਵਿਚਾਰਾਂ ਦੇ ਸਾਂਝ ਨਾਲ ਬਾਰਾ ਖਾਂਦਾ ਬੰਦਾ ਚਾਹੀਦਾ ਸੀ, ਉਹ ਮੈਨੂੰ ਮਿਲਿਆ ਨਹੀਂ। ਮੈਂ ਇਸ ਕਰਕੇ ਉਹ ਉਦੋਂ 33 ਸਾਲ ਦੀ ਸੀ ਅਤੇ ਮੈਂ ਉਦੋਂ 34 ਸਾਲ ਦਾ ਸੀ ਜਦੋਂ ਅਸੀਂ ਪਹਿਲੀ ਵਾਰ ਇਕੱਠੇ ਹੋਏ ਹਾਂ। ਇਸ ਤਰ੍ਹਾਂ ਸਾਡਾ
ਉਹੀ ਨਾਵਲ ਤੇ ਸਾਡਾ ਜੋੜੋ। ਇੱਕ ਸਦੀ ਦੇ ਅਰਸੇ ਬਰਾਬਰ ਉਮਰ ਦੇ ਸਫ਼ਰ ਨੂੰ ਕਲਾਵੇ ਵਿੱਚ ਭਰੀ ਬੈਠਾ ਕਮਲ ਅੱਜ ਵੀ ਪੰਜਾਬੀ ਪਾਠਕਾਂ ਨੂੰ ਆਪਣੇ ਅਹਿਸਾਸਾਂ ਤੇ ਜਜ਼ਬਾਤਾਂ ਰਾਹੀਂ ਇੱਕ ਤਜਰਬੇਕਾਰ ਬਜ਼ੁਰਗ ਬਾਬੇ ਦੀ ਕੰਬਲੀ ਦੇ ਨਿੱਘ ਵਾਂਗ ਆਪਣੀਆਂ ਰਚਨਾਵਾਂ ਰਾਹੀਂ ਨਿਗਾਸ ਦੇ ਰਿਹਾ ਹੈ। ਸ਼ਾਲਾ ਕਮਲ ਬਹੁਤ ਲੰਬੀ ਉਮਰ ਜੀਵੇ ਤੇ ਪੰਜਾਬੀ ਪਾਠਕਾਂ ਨੂੰ ਆਪਣੀਆਂ ਕਿਰਤਾਂ ਦਾ ਨਿੱਘ ਦਿੰਦਾ ਰਹੇ।